ਸੱਚੇ ਸੁੱਚੇ ਜੀਵਨ ਅਸੀਂ ਬਹੁਤ ਗੱਲ ਕੀਤੀ ਕਿਵੇਂ ਗੁਰੂ ਦੇ ਨਾਲ ਜੁੜਨਾ ਹੈ ਅਧਿਆਤਮ ਦੀ ਗੱਲ ਕਿਵੇਂ ਕਰੀਏ ਕਿੱਥੋਂ ਸ਼ੁਰੂ ਕਰੀਏ ਕਿਹੜੀਆਂ ਸਿਖਰਾਂ ਤੇ ਪਹੁੰਚੀਏ ਡਾਕਟਰ ਬ੍ਰਿਜ ਪਾਲ ਸਿੰਘ ਜੀ ਨੇ ਤੁਹਾਨੂੰ ਜੋੜਿਆ ਗੁਰੂ ਦੇ ਲੜ ਲਾਇਆ ਆਪਣਾ ਅਧਿਆਤਮਿਕ ਜੀਵਨ ਉੱਚਾ ਕਰਨ ਦੀ ਗੱਲ ਕੀਤੀ ਹੁਣ ਸਾਡੇ ਵਿਚਾਰ ਡਾਕਟਰ ਸੁਖਪ੍ਰੀ ਸਿੰਘ ਜੀ ਇਹ ਬੈਠੇ ਹਨ ਤੇ ਗੱਲਾਂ 'ਚ ਅਸੀਂ ਗੱਲ ਕਰ ਰਹੇ ਸੀ ਤੇ ਮੈਨੂੰ ਪਤਾ ਲੱਗਾ ਕਿ ਇਹ ਉਸ ਕਾਲਜ ਦੇ ਸਟੂਡੈਂਟ ਨੇ ਜਿੱਥੇ ਮੈਂ ਸਾਲੋਂ ਸਾਲ ਪੜਾਇਆ ਇਨਾਂ ਦੀ ਸ਼ਖਸੀਅਤ ਇੱਕ ਵਿਗੜੇ ਹੋਏ ਸਟੂਡੈਂਟ ਤੋਂ ਕਿਸ ਤਰ੍ਹਾਂ ਸਿੱਖੀ ਦੇ ਪ੍ਰਭਾਵ ਵਿੱਚ ਪਰ ਉਹ ਸਿੱਖਰਾ ਸ਼ੋਈਆਂ ਇਹਨਾਂ ਨੇ ਕਿ ਬਤੌਰ ਹਿਸਟੋਰੀਅਨ ਜਿਹੜਾ ਸਿੱਖ ਹਿਸਟਰੀ ਦੀ ਗੱਲ ਕਰਦਾ ਜਿੰਨੇ ਅਵਾਰਡ ਲੈ ਜਾ ਸਕਦੇ ਨੇ ਉਹ ਆਲਰੇਡੀ ਇਹਨਾਂ ਦੀ ਝੋਲੀ ਵਿੱਚ ਆ। ਸਾਨੂੰ ਇਹਨਾਂ ਤੇ ਮਾਣ ਹੈ। ਇੱਕ ਟੀਚਰ ਨੂੰ ਉਦੋਂ ਖੁਸ਼ੀ ਹੁੰਦੀ ਹੈ ਜਦੋਂ ਉਹਦਾ ਸ਼ਗਿਰਦ ਸਿੱਖਣਾ ਚੋਵੇ। ਇਹ ਹੀ ਖੁਸ਼ੀ ਤੁਸੀਂ ਆਪਣੇ ਬੱਚਿਆਂ ਵਿੱਚੋਂ ਲੈਣੀ ਹੈ। ਚਾਹੇ ਉਹ ਬੱਚੇ ਅੱਜ ਤੁਹਾਡੇ ਕੋਲੋਂ ਕਿਤੇ ਕਿਤੇ ਗੁੱਸਾ ਵੀ ਲੈਂਦੇ ਨੇ ਪਿਆਰ ਵੀ ਲੈਂਦੇ ਨੇ ਪਰ ਜਦੋਂ ਵੱਡੇ ਹੋ ਕੇ ਉਹ ਉਚਾਈਆਂ ਛੂੰਹਦੇ ਨੇ ਤੇ ਤੁਹਾਡਾ ਦਿਲ ਭਾਰਾਂਦਾ ਇਹ ਤੁਹਾਡੀ ਪੂੰਜੀ ਨਹੀਂ ਤੇ ਗੁਰੂ ਸਾਹਿਬ ਜਦੋਂ ਸਾਨੂੰ ਬੱਚਿਆਂ ਦੀ ਤਰ੍ਹਾਂ ਟ੍ਰੀਟ ਕਰਦੇ ਨੇ ਤੇ ਅਸੀਂ ਇਹ ਸੋਚਦੇ ਹਾਂ ਵੀ ਸਾਨੂੰ ਕਦੋਂ ਗਲਵਕੜੀ ਚ ਲੈਣ ਇਹ ਗੁਰੂ ਤੇ ਸ਼ਿਸ਼ ਦਾ ਰਿਸ਼ਤਾ ਤੇ ਉਹਨਾਂ ਨੇ ਤੇ ਸਾਨੂੰ ਸਿੱਖੀ ਬਨਾਤਾ ਪੱਕੇ ਤੌਰ ਤੇ ਆਪਣਾ ਸਟੂਡੈਂਟ ਡਿਕਲੇਅਰ ਕੀਤਾ ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਤੁਹਾਡੇ ਦਰਮਿਆਨ ਇੱਕ ਸਿੱਖ ਹਿਸਟੋਰੀਅਨ ਜਿਹੜੇ ਜ਼ਿੰਦਗੀ ਦੀਆਂ ਉਚਾਇਆ ਜਿਨੀਆਂ ਕਿ ਇਹਨਾਂ ਨੇ ਪ੍ਰਾਪਤੀਆਂ ਕੀਤੀਆਂ ਨੇ ਅਸੀਂ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਉਹ ਹੋਰ ਪ੍ਰਾਪਤੀਆਂ ਕਰਨ ਹੋਰ ਤਰੱਕੀਆਂ ਕਰਨ ਤੇ ਸਾਡੇ ਨੌਜਵਾਨਾਂ ਨੂੰ ਸਾਡੇ ਸਿੱਖ ਸਮਾਜ ਨੂੰ ਤੇ ਇਹ ਅੱਜ ਸਾਡੇ ਜਿਹੜੇ ਪ੍ਰਚਾਰਕ ਸਿੱਖ ਐਮਬੈਸਡਰ ਸਿੱਖੀ ਦੇ ਬੂਟੇ ਨੂੰ ਪਰਫੁੱਲਤ ਕਰਨ ਲਈ ਜਿਹੜੇ ਜੋਰ ਲਾ ਰਹੇ ਨੇ ਉਹਨਾਂ ਨੂੰ ਸੰਬੋਧਨ ਕਰਨ ਮੈਂ ਇਹਨਾਂ ਸ਼ਬਦਾਂ ਦੇ ਨਾਲ ਡਾਕਟਰ ਸਾਹਿਬ ਨੂੰ ਇਨਵਾਈਟ ਕਰਦਾ ਉਹ ਆ ਕੇ ਆਪਣੇ ਲੈਕਚਰ ਤੇ ਤੁਹਾਡੇ ਨਾਲ ਸ਼ੇਅਰ ਕਰਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਸ ਕੈਂਪ ਦੇ ਵਿੱਚ ਆਏ ਹੋਏ ਸਮੂਹ ਟੀਚਰ ਸਹਿਬਾਨ ਪ੍ਰਬੰਧਕ ਔਰ ਇਸ ٹرسٹ ਦੇ ਨਾਲ ਜੁੜੇ ਹੋਏ ਵੀਰੋ ਔ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲੰਦ ਕਰੀਏ ਕੋਈ ਰਸਨਾ ਵੰਝੀ ਨਾ ਰਹੇ ਗੱਜ ਕੇ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਇਦ ਇੱਕ ਵਿਦਿਆਰਥੀ ਦੇ ਵਾਸਤੇ ਇਹੀ ਸਮਾਂ ਸਭ ਤੋਂ ਔਖਾ ਹੁੰਦਾ ਹੈ ਕਿ ਜਦੋਂ ਉਹਨੂੰ ਆਪਣੇ ਉਸਤਾਦ ਦੇ ਸਾਹਮਣੇ ਬੋਲਣਾ ਪੈਂਦਾ ਗਵਰਨਮੈਂਟ ਕਾਲਜ ਚੰਡੀਗੜ੍ਹ ਦੇ ਵਿੱਚ ਜਿੱਥੇ ਸਲੂਜਾ ਸਾਹਿਬ ਮੈਥਮੈਟਿਕਸ ਦੇ ਪ੍ਰੋਫੈਸਰ ਸੀ ਉਸ ਸਮੇਂ ਮੈਂ ਉੱਥੇ ਮੈਡੀਕ ਬਾਇਓ ਦੇ ਵਿੱਚ ਸਟੂਡੈਂਟ ਸੀਗਾ ਮੈਡੀਕਲ ਦਾ ਪਰ ਉਦੋਂ ਨਾ ਤਾਂ ਮੇਰਾ ਕੋਈ ਇਸ ਪਾਸੇ ਰੁਝਾਨ ਸੀ ਤੇ ਨਾ ਮੈਨੂੰ ਕੋਈ ਇਤਿਹਾਸ ਦਾ ਪਤਾ ਸੀ ਜੋ ਕੁਝ ਸੀਗਾ ਉਹ ਤੁਹਾਨੂੰ ਦੱਸ ਹੀ ਦਿੱਤਾ ਕਿ ਇੱਕ ਵਿਗੜਿਆ ਹੋਇਆ ਬੱਚਾ ਇਸ ਤੋਂ ਵੱਧ ਕੁਝ ਵੀ ਨਹੀਂ ਕੇਅਰ ਉਹ ਇੱਕ ਵੱਖਰਾ ਵਿਸ਼ਾ ਅੱਜ ਜਿਹੜਾ ਬਲਰਾਜ ਸਿੰਘ ਵੀਰ ਜੀ ਹੋਣਾ ਨੇ ਮੈਨੂੰ ਇੱਥੇ ਆ ਕੇ ਵਿਸ਼ਾ ਦਿੱਤਾ ਹੈ ਉਹ ਸਬਜੈਕਟ ਹੈ ਜੇ ਵਿਦਿਆਰਥੀ ਔਰ ਟੀਚਰ ਦਾ ਰਿਸ਼ਤਾ ਇਤਿਹਾਸਕ ਤੇ ਗੁਰਮਤ ਪਰਪੇਖ ਦੇ ਵਿੱਚ ਤੇ ਮੈਂ ਸੋਚਦਾ ਕਿ ਬੜਾ ਵਿਲੱਖਣ ਵਿਸ਼ਾ ਔਰ ਇਹਦੇ ਵਾਸਤੇ ਸਾਨੂੰ ਜੇ ਇਸ ਸਾਰੇ ਵਿਸ਼ੇ ਨੂੰ ਸਮਝਣਾ ਹੈ ਦੋ ਚੀਜ਼ਾਂ ਦੀ ਲੋੜ ਪਵੇਗੀ ਅਕੈਡਮਿਕ ਪਰਸਪੈਕਸ਼ਨ ਐਂਡ ਸੋਲ ਪਰਸਪੈਕਸ਼ਨ ਸਾਡਾ ਅਕਾਦਮਿਕ ਉਹ ਚਿੰਤਨ ਕਿੰਨਾ ਹੈ ਤੇ ਸਾਡਾ ਆਤਮਿਕ ਚਿੰਤਨ ਕਿਵੇਂ ਦਾ ਹੋਵੇ ਜੇਕਰ ਤੁਸੀਂ ਇਤਿਹਾਸਿਕ ਨਜ਼ਰੀਏ ਦੇ ਵਿੱਚ ਇੱਕ ਸ਼ਾਗਿਰਦ ਔਰ ਉਸ ਦੇ ਉਸਤਾਦ ਇੱਕ ਤਾਲਿਬ ਔਰ ਉਸ ਦੇ ਟੀਚਰ ਇੱਕ ਪੀਰ ਔਰ ਉਸ ਦੇ ਮਰੀਦ ਦੇ ਰਿਸ਼ਤੇ ਦੇ ਵਿੱਚ ਆਤਮਿਕ ਪੱਖ ਨੂੰ ਵੇਖਣਾ ਹੈ ਤੇ ਮੈਂ ਸੋਚਦਾ ਕਿ ਜ਼ੁਨੈਤ ਬਗਦਾਦੀ ਤੇ ਹਜ਼ਾਜ਼ ਬਨਮਨਸੂਰ ਤੋਂ ਵੱਡੀ ਉਦਾਹਰਣ ਸਾਨੂੰ ਕੋਈ ਨਹੀਂ ਮਿਲਦੀ ਦੁਨੀਆ ਦੇ ਇਤਿਹਾਸ ਦੇ ਵਿੱਚ ਜਿਹੜੀਆਂ ਸਿੱਖ ਇਤਿਹਾਸ ਦੇ ਵਿੱਚ ਮਸਾਲਾ ਨੇ ਉਹ ਬਹੁਤ ਉੱਚੀਆਂ ਨੇ ਪਰ ਇਹਨਾਂ ਦੋਹਾਂ ਦੀ ਵਾਰਤਾ ਲਾਪ ਇੱਕ ਹਜ਼ਰਤ ਅਤਾਰ ਹੋਏ ਨੇ ਉਹਨਾਂ ਨੇ ਆਪਣੀ ਇੱਕ ਕਿਤਾਬ 'ਚ ਲਿਖੀ ਹੈ ਜਦੋਂ ਮਨਸੂਰ ਨੂੰ ਖੁਦਾ ਦੇ ਦیدار ਹੋਏ ਤਾਂ ਉਸ ਨੇ ਕਹਿਣਾ ਸ਼ੁਰੂ ਕਰ ਦਿੱਤਾ ਅਨਹਲ ਹੱਕ ਕਿ ਮੈਂ ਖੁਦਾ ਹਾਂ ਉਸਤੇ ਇੱਕ ਉਸਤਾਦ ਨੇ ਕਿਹਾ ਨਹੀਂ ਜੇ ਪਾ ਲਿਆ ਹੈ ਤੇ ਛੁਪਾ ਲਾ ਲੋਕਾਂ ਦੇ ਸਾਹਮਣੇ ਪ੍ਰਗਟ ਨਾ ਕਰ ਕਿ ਤੂੰ ਪਾ ਲਿਆ ਹੈ ਨਾ ਰੁਕਿਆ ਦੂਜੇ ਦੇ ਕੋਲ ਚਲਾ ਗਿਆ ਉੱਥੇ ਜਾ ਕੇ ਫਿਰ ਉਹੀ ਵਿਚਾਰ ਨੇ ਅਨਹਲ ਹੱਕ ਉਹ ਕਹਿੰਦਾ ਹੈ ਮਨਸੂਰ ਜੇ ਸੱਚਮੁੱਚ ਖੁਦਾ ਨੂੰ ਪਾ ਲਿਆ ਹੈ ਤੇ ਛ ਪਾ ਲਿਆ ਨਾ ਸੁਮਚ ਅਖੀਰ ਚਲਾ ਗਿਆ ਜ਼ੁਨੈਦ ਬਗਦਾਦੀ ਦੇ ਕੋਲ ਤੇ ਜ਼ੁਨੈਦ ਬਗਦਾਦੀ ਨੇ ਜਦੋਂ ਮਨਸੂਰ ਦੇ ਸਵਾਲ ਸੁਣੇ ਨਾ ਅਧਿਆਤਮਕਵਾਦ ਦੇ ਉੱਪਰ ਹੁਣ ਮਨਸੂਰ ਉੱਥੇ ਚੇਲਾ ਹੈ ਤੇ ਜ਼ੁਨੈਦ ਬਗਦਾਦੀ ਉਸਦਾ ਗੁਰੂ ਹੈ ਤੇ ਜਿੰਨੇ ਅਧਿਆਤਮਕਵਾਦ ਦੇ ਉੱਪਰ ਮਨਸੂਰ ਨੇ ਸਵਾਲ ਕੀਤੇ ਉਹਦਾ ਜਵਾਬ ਹਜ਼ਰਤ ਅਤਰ ਦੇ ਅੰਗਰੇਜ਼ੀ ਅਨਵਾਦ ਦੇ ਵਿੱਚ ਹੈ ਉਹ ਕਹਿੰਦੇ ਕਿ ਬੜਾ ਖਿੱਚ ਕੇ ਦੁਖੀ ਹੋ ਕੇ ਕਹਿੰਦਾ ਜ਼ੁਨੈਦ ਬਗਦਾਦੀ ਕਹਿਣ ਲੱਗਾ ਕਹਿੰਦਾ ਦਾ ਡੇ ਇਸ ਨਾਟ ਸੋ ਫਾਰ ਕਹਿੰਦਾ ਉਹ ਦਿਨ ਬਹੁਤ ਹੀ ਦੂਰ ਨਹੀਂ ਹੈ ਵੈਨ ਅ ਕਾਰਨਰ ਆਫ ਅ ਵੁਡਨ ਪਲੈਂਕ ਵਿਲ ਬੀ ਕਲਰਡ ਵਿਦ ਯੂਰ ਬਲੱਡ ਕਹਿੰਦਾ ਉਹ ਦਿਨ ਦੂਰ ਨਹੀਂ ਹੈ ਜਦੋਂ ਇੱਕ ਲੱਕੜੀ ਦੀ ਸੂਲੀ ਤੇਰੇ ਖੂਨ ਦੇ ਨਾਲ ਰੰਗੀ ਜਾਵੇਗੀ ਤੇ ਮਨਸੂਰ ਹੱਸ ਪਿਆ ਉੱਚੀ ਉੱਚੀ ਬੜਾ ਉੱਚੀ ਹੱਸਿਆ ਕਹਿੰਦਾ ਯਾ ਆਈ ਨੋ ਮੈਨੂੰ ਪਤਾ ਹੈ ਬਟ ਯੂ ਨੋ ਥੈਟ ਯੂ ਵਿਲ ਥੈਟ ਡੇ ਰਿਮੂਵ ਯੂਅਰ ਸੂਫੀ ਡ्रेस ਪਰ ਮੈਨੂੰ ਇਹ ਪਤਾ ਹੈ ਕਿ ਜਿੱਦਣ ਮੇਰੀ ਮੌਤ ਹੋਵੇਗੀ ਤੂੰ ਆਪਣਾ ਸੂਫੀਆਂ ਦਾ ਲਿਬਾਸ ਵੀ ਸੁੱਟ ਦੇਵੇਂਗਾ ਤੇ ਇੱਕ ਗੱਲ ਹੋਰ ਦਵਾਂ ਕਿ ਯੂ ਵਿਲ ਬੀ ਦਾ ਐਵੀਡੈਂਸ ਆਫ ਕੈਪੀਟਲ ਪਨਿਸ਼ਮੈਂਟ ਤੇ ਮੇਰੀ ਮੌਤ ਦੇ ਉੱਪਰ ਦਸਤਕਤ ਵੀ ਤੂੰ ਕਰੇਗਾ ਹੁਣ ਇਹ ਆਤਮਿਕ ਬਲ ਹੈ ਇਹ ਆਤਮਿਕ ਗਿਆਨ ਹੈ ਚੇਲੇ ਤੇ ਗੁਰੂ ਦੀ ਬਰਾਬਰਤਾ ਵੇਖੋ ਉਹ ਕਹਿੰਦਾ ਮੈਨੂੰ ਪਤਾ ਹੈ ਤੈਨੂੰ ਸੂਲੀ ਤੇ ਚੜਾਇਆ ਜਾਵੇਗਾ ਤੇ ਕਹਿੰਦਾ ਮੈਨੂੰ ਇਹ ਪਤਾ ਹੈ ਕਿ ਜਦੋਂ ਮੈਨੂੰ ਸੂਲੀ ਤੇ ਚੜਾਇਆ ਜਾਵੇਗਾ ਦਸਤਕਤ ਤੂੰ ਕਰੇਗਾ ਤੇ ਕਹਿੰਦਾ ਮੈਂ ਤੈਨੂੰ ਇਹ ਵੀ ਦੱਸ ਦਿੰਦਾ ਕਿ ਉਸ ਦਿਨ ਤੇਰਾ ਸੂਫੀਆਨਾ ਲਿਬਾਸ ਉੱਤਰ ਜਾਵੇਗਾ ਉਹੀ ਗੱਲ ਹੋਈ ਸੂਫੀਆਂ ਨੇ ਰਾਜੇ ਦੇ ਕੋਲ ਸ਼ਿਕਾਇਤ ਕੀਤੀ ਇਹ ਘਟਨਾ 26 ਮਾਰਚ 922 ਈਸਵੀ ਦੀ ਹੈ ਸ਼ਿਕਾਇਤ ਕੀਤੀ ਤੇ ਉਸ ਵੇਲੇ ਦੇ ਖਲੀਫੇ ਨੇ ਫਤਵਾ ਜਾਰੀ ਕਰ ਦਿੱਤਾ ਕਿ ਮਨਸੂਰ ਨੂੰ ਸੂਲੀ ਤੇ ਚੜਾ ਕੇ ਕਤਲ ਕਰ ਦਿੱਤਾ ਜਾਵੇ ਪਰ ਉਹਨਾਂ ਚਿਰ ਤੱਕ ਸੂਲੀ ਤੇ ਨਾ ਚੜਾਇਆ ਜਾਵੇ ਜਿੰਨਾ ਚਿਰ ਜੁਨਾਇਦ ਬਗਦਾਦੀ ਦਸਤਖਤ ਨਹੀਂ ਕਰਦਾ ਇੱਕ ਵਾਰੀ ਦਸਤਖਤ ਕਰਨ ਨੂੰ ਕਿਹਾ ਗਿਆ ਉਹਨੇ ਨਾ ਕਰ ਦਿੱਤੀ ਨਹੀਂ ਮੇਰਾ ਚੇਲਾ ਦੂਜੀ ਵਾਰ ਤੀਜੀ ਵਾਰ ਅਖੀਰ ਜਦੋਂ ਦਸਤਖਤ ਕਰਨ ਲੱਗਾ ਨਾ ਕਹਿੰਦਾ ਮੈਨੂੰ ਸ਼ਰਮ ਆਉਂਦੀ ਹੈ ਕਿ ਮੈਂ ਇੱਕ ਸੂਫੀ ਦੇ ਲਿਬਾਸ ਦੇ ਵਿੱਚ ਇੱਕ ਸੂਫੀ ਦੇ ਕਤਲ ਦੇ ਫਤਵੇ ਦੇ ਉੱਪਰ ਦਸਤਖਤ ਕਰਾਂ ਉਸਨੇ ਸੂਫੀਆ ਨਾਲ ਲਿਬਾਸ ਉਤਾਰਿਆ ਤੇ ਮੌਲਵੀ ਦਾ ਲਿਬਾਸ ਧਾਰਨ ਕਰਕੇ ਉਸ ਦੀ ਕੈਪੀਟਲ ਪਨਿਸ਼ਮੈਂਟ ਉਸ ਦੀ ਮੌਤ ਦੇ ਵਾਰੰਟ ਦੇ ਉੱਪਰ ਦਸਤਖਤ ਕਰ ਦਿੱਤੇ ਸੋ ਗੱਲ ਉਹਦੀ ਵੀ ਸੱਚ ਹੋਈ ਕਿ ਤੈਨੂੰ ਸੂਲੀ ਤੇ ਚੜਨਾ ਪਵੇਗਾ ਤੇ ਗੱਲ ਉਹਦੀ ਵੀ ਸੱਚ ਹੋਈ ਕਿ ਜਿਸ ਦਿਨ ਮੈਂ ਸੂਲੀ ਤੇ ਚੜਿਆ ਦਸਤਖਤ ਤੂੰ ਕਰੇਗਾ ਸੋ ਇਹ ਉਹਨਾਂ ਦਾ ਇੱਕ ਅਧਿਆਤਮਕ ਰਿਸ਼ਤਾ ਸੀ ਮਰੀਦ ਦਾ ਔਰ ਉਸ ਦੇ ਰਪੀਰ ਦਾ ਅਧਿਆਤਮਕ ਰਿਸ਼ਤਾ ਭਾਈ ਸਾਹਿਬ ਭਾਈ ਗੁਰਦਾਸ ਇਹਨੂੰ ਇੰਜ ਸਮਝਾਉਂਦੇ ਆ ਉਹ ਕਹਿੰਦੇ ਵੇਦ ਕਤੇਬੋਂ ਬਾਹਰ ਆ ਗੁਰ ਸ਼ਬਦ ਹਜੂਰ ਵੇਦ ਔਰ ਕਤੇਬ ਗਿਆਨ ਪੁਸਤਕਾਂ ਦੇ ਵਿੱਚ ਅਸੀਂ ਜਿਹੜੀ ਸਾਡੀ ਅਪਰਯੋਚ ਹੈ ਜਿਹੜੀ ਸਾਡੀ ਪਹੁੰਚ ਹੈ ਕੇਵਲ ਸਕੋਲੇਸਟਿਕ ਹੁੰਦੀ ਹੈ ਕੇਵਲ ਅਕੈਡਮਿਕ ਹੁੰਦੀ ਹੈ ਪਰ ਜਿਹੜਾ ਸ਼ਬਦ ਦੇ ਰਾਈ ਸਿੱਖ ਤੇ ਗੁਰੂ ਦਾ ਰਿਸ਼ਤਾ ਹੈ ਉਹਦੇ ਵਿੱਚ ਬੜੀ ਬਲੱਖਣਤਾ ਹੈ ਜੇਕਰ ਤੁਸੀਂ ਇਤਿਹਾਸ ਨੂੰ ਪੜੋ ਤਾਂ ਚੀਨ ਦੇ ਇੱਕ ਬੜੇ ਪ੍ਰਸਿੱਧ ਵਿਅਕਤੀ ਹੋਏ ਨੇ ਮਾਉਜ਼ੇ ਤੋਂ ਮਾਉਜ਼ੇ ਟੁੰਗ ਦੀ ਮਾਤਾ ਨੂੰ ਇੱਕ ਸ਼ੌਕ ਸੀ ਕਿ ਉਹਨੇ ਘਰ ਦੇ ਵਿੱਚ ਇੱਕ ਬਾਗੀਚਾ ਲਾਇਆ ਹੋਇਆ ਸੀ ਉਸ ਬਾਗੀਚੇ ਦੇ ਵਿੱਚ ਇੰਨੇ ਸੁੰਦਰ ਫੁੱਲ ਸੀ ਇੰਨੇ ਸੁੰਦਰ ਫੁੱਲ ਸੀ ਕਿ ਲੋਕੀ ਦੂਰੋਂ ਦੂਰੋਂ ਵੇਖਣ ਵਾਸਤੇ ਆਉਂਦੇ ਸੀ ਤੇ ਉਹਦੀ ਮਾਂ ਕੀ ਕਰਦੀ ਸੀ ਸਵੇਰੇ ਪਾਣੀ ਦੇਣਾ ਕੱਲੇ-ਕੱਲੇ ਫੁੱਲ ਦੀ ਪੱਤੀ ਨੂੰ ਰੁਮਾਲ ਦੇ ਨਾਲ ਸਾਫ਼ ਕਰਨਾ ਉਹਨਾਂ ਨੂੰ ਪਿਆਰ ਕਰਨਾ ਉਹਨਾਂ ਨੂੰ ਚੁੰਮਣਾ ਇੱਕ ਦਿਨ ਮਾਂ ਬਿਮਾਰ ਹੋ ਗਈ ਤੇ ਮਾਂ ਨੂੰ ਆਪਣੀ ਜਾਨ ਦੀ ਫਿਕਰ ਨਹੀਂ ਫਿਕਰ ਹੈ ਕਿ ਜਿਸ ਬਗੀਚੇ ਨੂੰ ਮੈਂ ਸਿੰਜਿਆ ਹੈ ਕਿਤੇ ਉਹ ਬਰਬਾਦ ਨਾ ਹੋ ਜਾਵੇ ਜਦੋਂ ਵਿਦਿਆਰਥੀ ਤੁਹਾਡੇ ਕੋਲੋਂ ਵਿਦਿਆ ਗ੍ਰਹਿਣ ਕਰ ਰਹੇ ਹੁੰਦੇ ਨਾ ਤੇ ਤੁਸੀਂ ਉਸ ਬਗੀਚੇ ਨੂੰ ਸਿੰਜ ਰਹੇ ਹੁੰਦੇ ਹੋ ਤੇ ਕਈ ਵਾਰ ਤੁਹਾਨੂੰ ਆਪਣੇ ਘਰੇਲੂ ਕੰਮਾਂ ਤੋਂ ਵੱਧ ਉਹਨਾਂ ਵਿਦਿਆਰਥੀਆਂ ਦੀ ਫਿਕਰ ਹੁੰਦੀ ਹੈ ਤੇ ਜੇਕਰ ਉਹਨਾਂ ਵਿਦਿਆਰਥੀਆਂ ਨੇ ਗਿਆਨ ਲੈਣਾ ਹੈ ਤਾਂ ਉਹਨਾਂ ਨੂੰ ਵੀ ਉਸ ਬਗੀਚੀ ਦੇ ਵਿੱਚ ਆਪਣੇ ਫੁੱਲ ਹੋਣ ਦੀ ਭੂਮਿਕਾ ਨੂੰ ਨਿਭਾਉਣਾ ਪਵੇਗਾ ਇਹ ਰਿਸ਼ਤਾ ਦੋ ਪਾਸੜ ਹੈ ਸੋ ਜਦੋਂ ਬਿਮਾਰ ਹੋਈ ਤੇ ਫਿਕਰ ਆਪਣੇ ਬਾਗੀਚੇ ਦੀ ਹੈ ਤੇ ਆਪਣੇ بیٹے ਮੌਜ਼ੇ ਤੁੰਗ ਨੂੰ ਬੁਲਾ ਕੇ ਕਹਿੰਦੀ ਹੈ ਕਹਿੰਦੀ ਵੇਖ ਸ਼ਾਇਦ ਮੈਂ ਨਾ ਬਚ ਸਕਾਂ ਸ਼ਾਇਦ ਮੇਰੀ ਮੌਤ ਹੋ ਜਾਵੇ ਮੇਰੀ ਇੱਕ ਇੱਛਾ ਹੈ ਕਿ ਮੇਰੀ ਮੌਤ ਤੋਂ ਬਾਅਦ ਮੇਰੀ ਫੁੱਲਾਂ ਦੀ ਬਾਗੀਚੀ ਇੰਨੀ ਹੀ ਭਰੀ-ਪੂਰੀ ਤੇ ਪਰਫੁੱਲਤ ਰਹਿਣੀ ਚਾਹੀਦੀ ਹੈ ਕਹਿੰਦਾ ਠੀਕ ਹੈ ਮਾਂ ਤੂੰ ਫਿਕਰ ਨਾ ਕਰ ਤੇਰੀ ਮੌਤ ਤੋਂ ਬਾਅਦ ਵੀ ਤੇਰੀ ਬਗੀਚੀ ਇਸੇ ਤਰ੍ਹਾਂ ਹੀ ਰਹੇਗੀ। ਮਾਤਾ ਕੁਸ਼ਚਰ ਬਿਮਾਰ ਰਹੀ ਤੇ ਬਗੀਚੀ ਦੀ ਦੇਖਭਾਲ ਮੌਜ਼ੇ ਤੁੰਗ ਕਰਦਾ ਰਿਹਾ। ਕੋਈ ਪ੍ਰਮਾਤਮਾ ਦੀ ਕਿਰਪਾ ਮਾਤਾ ਦੀ ਮੌਤ ਨਾ ਹੋਈ ਮਹੀਨੇ ਬਾਅਦ ਠੀਕ ਹੋ ਗਈ ਉੱਠ ਕੇ ਬੈਠ ਗਈ। ਤੇ ਜਦੋਂ ਬਗੀਚੀ ਦੇ ਵਿੱਚ ਗਈ ਨਾ ਤੇ ਤਾਹਾਂ ਨਿਕਲ ਗਈਆਂ ਉੱਚੀ ਉੱਚੀ ਰੋ ਪਈ। ਆਵਾਜ਼ ਮਾਰੀ ਮੌਜ਼ੇ ਤੁੰਗ ਨੂੰ ਕਹਿੰਦੀ ਬਗੀਚਾ ਤੇ ਬਰਬਾਦ ਕਰ ਛੱਡਿਆ। ਸਾਰੇ ਬੂਟੇ ਸੁੱਕੇ ਪਏ ਨੇ। ਕਿਸੇ ਫੁੱਲ ਦੇ ਉੱਪਰ ਕੋਈ ਰੂਪ ਨਹੀਂ ਪੱਤੀਆਂ ਝੜੀਆਂ ਪਈਆਂ ਨੇ ਇਹ ਵਿੱਚ ਘਾਹ ਉੱਗਿਆ ਪਿਆ ਤੂੰ ਬਗੀਚੀ ਦਾ ਕੀਤਾ ਕੀ ਹੈ ਕਹਿੰਦਾ ਮਾਂ ਮੈਂ ਤੇਰੇ ਵਾਂਗੂ ਰੋਜ਼ ਫੁੱਲਾਂ ਨੂੰ ਪਿਆਰ ਕਰਦਾ ਸੀ ਮੈਂ ਰੋਜ਼ ਇਹਨਾਂ ਨੂੰ ਚੁੰਮਦਾ ਸੀ ਮੈਂ ਤੇਰੇ ਦਿੱਤੇ ਹੋਏ ਰਮਾਲ ਦੇ ਨਾਲ ਸਾਫ਼ ਕਰਦਾ ਸੀ ਕਹਿੰਦੀ ਉਹ ਤਾਂ ਬਾਹਰੀ ਗੱਲ ਸੀ ਪਹਿਲੀ ਗੱਲ ਤਾਂ ਸੀ ਇਹਨੂੰ ਪਾਣੀ ਦੇਣਾ ਜਿਹੜਾ ਕੰਮ ਕਰਨਾ ਸੀ ਉਹ ਤੇ ਤੂੰ ਦਿੱਤਾ ਹੀ ਨਹੀਂ ਤੇ ਉੱਥੇ ਜਾ ਕੇ ਗੁਰਬਾਣੀ ਕਹਿੰਦੀ ਹੈ ਸੋ ਪੰਡਤ ਸੋ ਪੜਿਆ ਬੀਨਾ ਜਿੰਨੀ ਪਛਾਤਾ ਨਾਉ ਪਹਿਲਾਂ ਦੇ ਜੜ ਅੰਦਰ ਜੰਮੇ ਫਿਰ ਉੱਪਰ ਹੋਵੇ ਛਾਉ ਸਭ ਤੋਂ ਪਹਿਲੀ ਗੱਲ ਹੈ ਕਿ ਜਿਹੜਾ ਬੀਜ ਬੱਚੇ ਦੇ ਰੂਪ ਚ ਤੁਹਾਡੇ ਕੋਲ ਆਇਆ ਸੋ ਪੰਡਤ ਪੰਡਤ ਦਾ ਭਾਵ ਇੱਥੇ ਵਿਦਵਾਨ ਹੈ ਸੋ ਪੜਿਆ ਬੀਨਾ ਬੀਨਾ ਸ਼ਬਦ ਫਾਰਸੀ ਦਾ ਹੈ ਜੇਕਰ ਇਹਨੂੰ ਸੰਸਕ੍ਰਿਤ ਦੇ ਵਿੱਚ ਲੈ ਕੇ ਜਾਓਗੇ ਤੇ ਬੀਨਾ ਸ਼ਬਦ ਦਾ ਅਰਥ ਹੈ ਵਜਾਉਣ ਵਾਲੀ ਵੀਣਾ ਬੀਨ ਜਿਸ ਨੂੰ ਅਸੀਂ ਕਹਿੰਦੇ ਆਂ ਪਰ ਜਦੋਂ ਤੁਸੀਂ ਇਸ ਨੂੰ ਫਾਰਸੀ ਚ ਲੈ ਕੇ ਜਾਓਗੇ ਤੇ ਬੀਨਾ ਦਾ ਅਰਥ ਹੈ ਦੂਰ ਅੰਦੇਸ਼ ਉਹੀ ਦੂਰ ਅੰਦੇਸ਼ ਹੈ ਸੋ ਪੰਡਤ ਸੋ ਪੜਿਆ ਬੀਨਾ ਉਹੀ ਸਕਾਲਰ ਹੈ ਜਿੰਨੀ ਪਛਾਤਾ ਨਾਉ ਨਾਉ ਦਾ ਭਾਵ ਹੈ ਹੁਕਮ ਜਿਸ ਨੇ ਉਸ ਦੇ ਹੁਕਮ ਨੂੰ ਪਛਾਣ ਲਿਆ ਹੈ ਪਹਿਲਾਂ ਦੇ ਜੜ ਅੰਦਰ ਜੰਮੇ ਹੁਕਮ ਕੀ ਹੈ ਕਿ ਪਹਿਲਾਂ ਜਿਹੜਾ ਗਿਆਨ ਹੈ ਤੁਹਾਡੇ ਅੰਦਰ ਪ੍ਰਗਟ ਹੋਵੇਗਾ ਫਿਰ ਉੱਪਰ ਹੋਵੇ ਛਾਓ ਪਰ ਇਹ ਜਿਹੜਾ ਬੂਟਾ ਤਾਂ ਉੱਗ ਸਕੇਗਾ ਜੇ ਨਾਮ ਬੀਜ ਸੰਤੋਖ ਸੁਹਾਗਾ ਜੇਕਰ ਇਹਨੂੰ ਤੁਸੀਂ ਟੱਕ ਦਿਓਗੇ ਤੇ ਜੇਕਰ ਜਗਾ ਜਗਾ ਦੇ ਉੱਪਰ ਅਸੀਂ ਆਪਣੀ ਵਿਦਵਤਾ ਦਾ ਮਜ਼ਾਰਾ ਕਰਾਂਗੇ ਤਾਂ ਇਹ ਬਾਗੀਚੀ ਕਦੀ ਵੀ ਪਰਫੁੱਲਤ ਨਹੀਂ ਹੋ ਸਕੇਗੀ ਤੇ ਭਾਈ ਸਾਹਿਬ ਭਾਈ ਗੁਰਦਾਸ ਇਹਦੀ ਬਾਬਤ ਇਹ ਰਿਸ਼ਤਾ ਕਿਵੇਂ ਦਾ ਹੈ ਬਹੁਤ ਹੀ ਸੁੰਦਰ ਉਦਾਹਰਨਾ ਦਿੰਦੇ ਨੇ ਕਿਉਂਕਿ ਅਕਸਰ ਹੁੰਦਾ ਤੁਸੀਂ ਸਾਰੇ ਟੀਚਰ ਹੋ ਕਈ ਵਾਰੀ ਹਰ ਵਿਦਿਆਰਥੀ ਆਪਣੀ ਸਿਫਤ ਕਰਦਾ ਹੈ ਤੇ ਆਪਣੀ ਸਿਫਤ ਕਰਨੀ ਚਾਹੁੰਦਾ ਹੈ ਤੇ ਆਪਣੀ ਸਿਫਤ ਕਰਨੀ ਤੇ ਸੁਣਨੀ ਚਾਹੁੰਦਾ ਹੈ ਤੁਹਾਡੇ ਕੋਲੋਂ ਇਹ ਕੁਦਰਤੀ ਸੁਭਾਅ ਹੁੰਦਾ ਹੈ ਮਨੁੱਖ ਦਾ ਕਿ ਮੈਨੂੰ ਕੋਈ ਚੰਗਾ ਕਹੇ ਦਸਮ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਰਬਾਰ ਲੱਗਾ ਤੇ ਜੇਕਰ ਅਸੀਂ ਇਹਨੂੰ ਇਤਿਹਾਸਕ ਨਜ਼ਰੀਏ ਤੋਂ ਵੇਖੀਏ ਤਾਂ ਗੱਲ ਬੜੀ ਛੋਟੀ ਜੀ ਲੱਗਦੀ ਹੈ ਕਿ ਅਨੰਦਪੁਰ ਸਾਹਿਬ ਦੇ ਵਿੱਚ ਜਿਹੜੀ ਵੀ ਲੋਕ ਵਸਦੇ ਸੀ ਉਹ ਸਾਰੇ ਲੰਗਰ ਦੇ ਵਿੱਚ ਪ੍ਰਸ਼ਾਦ ਆ ਸਕਦੇ ਸੀ ਕਿ ਕੋਈ ਵੀ ਭੁੱਖਾ ਨਾ ਸੋਵੇ ਪਰ ਜੇਕਰ ਅਸੀਂ ਇਸ ਨੂੰ ਇੱਕ ਰਾਸ ਦੇ ਨਜ਼ਰੀਏ ਤੋਂ ਵੇਖੀਏ ਤਾਂ ਅਨੰਦਪੁਰ ਸਾਹਿਬ ਉਹ ਤਸਵੀਰ ਹੈ ਜਿਸ ਤਸਵੀਰ ਨੂੰ ਮਾਨਸਿਕ ਤੌਰ ਤੇ ਭਗਤ ਅਰਦਾਸ ਜੀ ਨੇ ਆਪਣੇ ਮਾਨਸਿਕ ਖਾਕੇ 'ਚ ਚਿੱਤਰਿਆ ਕਿ ਨਾ ਤਸਵੀਸ ਖਿਰਾਜ ਨਾ ਮਾਲ ਖੋਫ ਨਾ ਖਤਾ ਨਾ ਤਰਸ ਜਵਾਲ ਬੇਗੰਪੁਰਾ ਸਹਿਰ ਕੋ ਨਾਓ ਦੁੱਖ ਅੰਧੋ ਨਾ ਹੀ ਤੈਥਾਓ ਉਹਨਾਂ ਦੀ ਮਾਨਸਿਕਤਾ ਦੇ ਵਿੱਚ ਜਿਹੜਾ ਚਿੱਤਰਣ ਕੀਤਾ ਗਿਆ ਬੇਗੰਪੁਰਾ ਹੈ ਉਹਦਾ ਸাকার ਰੂਪ ਧਰਤੀ ਦੇ ਉੱਪਰ ਆਨੰਦਪੁਰ ਸਾਹਿਬ ਸੀ ਜਿੱਥੇ ਕੋਈ ਭੁੱਖਾ ਨਹੀਂ ਸੀ ਸੌਂ ਜਾ ਤੇ ਆਨੰਦਪੁਰ ਸਾਹਿਬ ਦੇ ਵਿੱਚ ਰਹਿਣ ਦੇ ਵਾਸਤੇ ਵੀ ਇੱਕ ਸ਼ਰਤ ਸੀ ਕਲਗੀਧਰ ਪਾਤਸ਼ਾਹ ਖੁਦ ਕਹਿੰਦੇ ਨੇ ਜੋ ਨਰ ਤਹਿ ਥਾਂ ਨਾ ਭਿਰੇ ਦੀਨੇ ਨਗਰ ਨਿਕਾਰ ਜੋ ਤਹਿ ਠੌਰ ਭਲੇ ਭਿਰੇ ਤਿੰਨੇ ਕਰੀ ਰਖਵਾਰ ਕਹਿੰਦੇ ਮੈਂ ਆਨੰਦਪੁਰ ਸਾਹਿਬ ਦੇ ਵਿੱਚ ਰੱਖਣ ਦਾ ਪੈਰਾਮੀਟਰ ਇੱਕ ਹੀ ਰੱਖਿਆ ਹੈ ਕਿ ਜਿਹੜਾ ਮੈਦਾਨੇ ਜੰਗ ਦੇ ਵਿੱਚ ਜੂਝਦਾ ਅਤੇ ਸੇਵਾ ਕਰ ਸਕਦਾ ਹੈ ਉਹ ਆਨੰਦਪੁਰ ਸਾਹਿਬ ਦਾ ਵਾਸੀ ਰਹਿ ਸਕਦਾ ਹੈ ਤਿੰਨੇ ਕਰੀਪਰਤਪਾਰ ਤੇ ਜਿਹੜੇ ਜੋ ਨਰ ਤਹਿ ਤ ਹਨ ਨਾ ਭਰੇ ਜਿਹੜੇ ਉਸ ਪੈਰਾਮੀਟਰ ਚ ਪੂਰੇ ਨਹੀਂ ਉਤਰਦੇ ਦੀਨੇ ਨਗਰ ਨਿਕਾਰ ਉਹ ਆਨੰਦਪੁਰ ਸਾਹਿਬ ਚ ਚਾਹੇ ਨਾ ਰਹੇ ਉੱਥੇ ਉਹੀ ਰਹਿ ਸਕਦਾ ਜਿਹਦੇ ਕੋਲੇ ਦੋ ਗੁਣ ਹੋਣ ਇਤਿਹਾਸ ਦੇ ਵਿੱਚ ਵੇਖੋ ਇੱਕ ਵਾਰ ਤਾਂ ਲਾਪ ਵੀ ਆਉਂਦੀ ਹੈ ਕਿ ਕਲਗੀਧਰ ਪਾਤਸ਼ਾਹ ਕੁਝ ਸਿੰਘਾਂ ਦੇ ਨਾਲ ਖੜੇ ਨੇ ਇੱਕ ਜਨਾਜਾ ਜਾ ਰਿਹਾ ਤੇ ਪਾਤਸ਼ਾਹ ਪੋਸ਼ੇਦਨ ਇੱਕ ਸਿੱਖ ਦੇ ਕੋਲੋਂ ਕਿਸ ਦਾ ਚਨਾਜਾ ਜਾ ਰਿਹਾ ਹੈ ਜਵਾਬ ਮਿਲਦਾ ਹੈ ਪਾਤਸ਼ਾ ਫਲਾਣੀ ਗਲੀ ਚ ਫੁਲਾਣੇ ਮਹੱਲੇ ਚ ਇੱਥੇ ਇੱਕ ਜਿਸ ਦਾ ਘਰ ਸੀ ਇਹਦੀ ਮੌਤ ਹੋ ਗਈ ਹੈ ਤੇ ਪਾਤਸ਼ਾ ਮੁਸਕਰਾ ਕੇ ਇੱਕ ਟਿੱਪਣੀ ਕਰਦੇ ਨੇ ਕਹਿੰਦੇ ਨੇ ਕਬਹੂ ਰਣ ਜੂਜਿਓ ਨਹੀਂ ਅਜੀਬ ਗੱਲ ਹੈ ਮੈਂ ਤਾਂ ਇਸ ਬੰਦੇ ਨੂੰ ਕਦੀ ਮੈਦਾਨੇ ਜੰਗ ਚ ਲੜਦਾ ਹੀ ਨਹੀਂ ਵੇਖਿਆ ਕਸ਼ੂ ਦੇ ਜਸ ਨਹਿਲੀਨ ਤੇ ਨਾਂ ਮੈਂ ਇਹਨੂੰ ਕਦੀ ਦਾਨ ਦਿੰਦੇ ਵੇਖਿਆ ਗਾਮ ਬਸਤ ਜਾਣਿਓ ਨਹੀਂ ਇਸ ਪਿੰਡ ਚ ਵਸਦਾ ਸੀ ਮੈਂ ਤੇ ਇਹਨੂੰ ਜਾਣਦਾ ਨਹੀਂ ਜਮ ਕੋ ਕਿਨ ਕਹਿ ਦੀਨ ਇਹਦੇ ਘਰਦਾਰਾ ਜਮਾ ਨੂੰ ਕਿੰਨੇ ਦੱਸ ਦਿੱਤਾ ਇਹਨੂੰ ਤੇ ਮੈਂ ਜਾਣਦਾ ਹੀ ਨਹੀਂ ਸੀ ਇਹ ਕਲਗੀਧਰ ਪਾਤਸ਼ਾਹ ਕਹਿ ਰਹੇ ਨਗਰ ਬਸਤ ਜਾਣਿਓ ਨਹੀਂ ਜਮ ਕੋ ਕਿਨ ਕਹਿ ਦੀਨ ਇਹ ਆਨੰਦਪੁਰ ਦੇ ਵਿੱਚ ਵਸਣ ਦਾ ਪੈਰਾਮੀਟਰ ਹੈ ਤੇ ਕਲਗੀਧਰ ਪਾਤਸ਼ਾਹ ਨੇ ਉੱਥੇ ਸਾਰੇ ਲੰਗਰ ਇੱਕ ਜਗ੍ਹਾ ਕਰ ਦਿੱਤੇ ਹਰ ਕੋਈ ਜਿਹੜਾ ਵੀ ਸਿੱਖ ਆਉਂਦਾ ਆ ਕੇ ਆਪਣੇ ਲੰਗਰ ਦੀ ਸਿਫਤ ਕਰਦਾ ਹੈ ਪਾਤਸ਼ਾਹ ਮੇਰਾ ਲੰਗਰ ਬੜਾ ਵਧੀਆ ਹੈ। ਪਾਤਸ਼ਾਹ ਮੇਰਾ ਲੰਗਰ ਬਹੁਤ ਚੰਗਾ ਹੈ। ਪਾਤਸ਼ਾਹ ਮੇਰਾ ਲੰਗਰ ਤਾਂ ਬਹੁਤ ਹੀ ਵਧੀਆ ਹੈ। ਤੇ ਇੱਕ ਦਿਨ ਕਲਗੀਧਰ ਪਾਤਸ਼ਾਹ ਇੱਕ ਕੌਤਕ ਕਰਦੇ ਨੇ। ਰਾਤ ਨੂੰ ਭੇਸ ਬਦਲਦੇ ਨੇ। ਆਪਣੇ ਚਿਹਰੇ ਦੇ ਉੱਪਰ ਇੱਕ ਚਾਦਰ ਓੜਦੇ ਨੇ ਤੇ ਸਾਰੇ ਲੰਗਰਾਂ ਦੇ ਵਿੱਚ ਜਾਂਦੇ ਨੇ। ਪਹਿਲੇ ਲੰਗਰ ਦੇ ਵਿੱਚ ਜਾ ਕੇ ਕਹਿੰਦੇ ਨੇ ਲੰਗਰ ਦੇ ਇੰਚਾਰਜ ਨੂੰ ਖਾਲਸਾ ਜੀ ਬਹੁਤ ਦੂਰ ਤੋਂ ਆਇਆ ਘਾਰ ਪੇਟਾ ਲੈ ਕੇ ਕਲਗੀਧਰ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਲੰਗਰ ਛਕਾ ਦਿਓ ਉਹ ਕਹਿੰਦਾ ਸਿੱਖਾ ਹੁਣ ਤਾਂ ਰਸਤ ਮੁੱਕ ਗਈ ਹੁਣ ਤਾਂ ਲੰਗਰ ਜਿਹੜਾ ਮਸਤ ਹੋ ਗਿਆ ਹੁਣ ਸਵੇਰੇ ਆਈ ਜਾਂ ਇੱਥੇ ਉਡੀਕ ਲੈ ਪਾਤਸ਼ਾਹ ਅਗਲੇ ਲੰਗਰ ਤੇ ਚਲੇ ਜਾਂਦੇ ਨੇ ਸਵਾਲ ਫਿਰ ਉਹੀ ਐ ਐ ਸਿੱਖਾ ਮੈਂ ਬੜੀ ਦੂਰ ਤੋਂ ਆਇਆ ਹਾਂ ਭੁੱਖਾ ਹਾਂ ਮੈਂ ਪ੍ਰਸ਼ਾਦਾ ਛਕਣਾ ਤਾਂ ਜਵਾਬ ਹੈ ਕਿ ਇਸ ਵੇਲੇ ਰਾਤ ਦੇ ਲੰਗਰ ਦਾ ਅੰਤ ਹੋ ਚੁੱਕਾ ਹੈ ਸਵੇਰੇ ਅਮਰਤ ਵੇਲੇ ਲੰਗਰ ਤਿਆਰ ਹੋਵੇਗਾ ਤੁਹਾਨੂੰ ਛਕਾ ਦੇਵਾਂਗੇ ਸਾਨੂੰ ਸੌਣ ਦਿਓ ਜਦੋਂ ਤੀਸਰੇ ਲੰਗਰ ਚ ਜਾਂਦੇ ਨੇ ਤੇ ਉਸ ਲੰਗਰ ਦਾ ਇੰਚਾਰਜ ਕਹਿੰਦਾ ਆਓ ਗੁਰਸਿੱਖ ਜੀ ਹੁਕਮ ਤੇ ਗੁਰਸਿੱਖ ਦੇ ਰੂਪ ਚ ਕਲਗੀਧਰ ਪਾਤਸ਼ਾਹ ਕਹਿ ਰਹੇ ਨੇ ਬਹੁਤ ਦੂਰੋਂ ਚੱਲ ਕੇ ਆਇਆ ਹੈ ਬੜੀ ਭੁੱਖ ਲੱਗੀ ਐ ਕੁਛ ਸ਼ਿਕਾਰ ਸਕਦੇ ਹੋ ਕਿਉਂ ਨਹੀਂ ਗੁਰਸਿੱਖਾ ਤੂੰ ਇੰਨੀ ਦੂਰੋਂ ਚੱਲ ਕੇ ਆਇਆ ਹੈ ਪਹਿਲਾਂ ਮੈਂ ਤੇਰੇ ਪੈਰ ਧੋਣਾ ਐ ਫਿਰ ਮੈਂ ਤੇਰੇ ਹੱਥ ਧੋਣਾ ਐ ਤੇ ਜੋ ਕੁਝ ਵੀ ਲੰਗਰ ਚ ਤਿਆਰ ਐ ਮੈਂ ਹੁਣੇ ਗਰਮ ਕਰਕੇ ਜਾਂ ਫਿਰ ਬਣਾ ਕੇ ਲੈ ਕੇ ਆਉਣਾ ਐ ਤੇ ਜਦੋਂ ਉਸ ਸਿੱਖ ਨੇ ਇੰਨੀ ਗੱਲ ਕਹੀ ਤੇ ਪਾਤਸ਼ਾਹ ਨੇ ਚਿਹਰੇ ਤੇ ਚਾਦਰ ਲਾ ਦਿੱਤੀ ਤੇ ਘੁੱਟ ਕੇ ਸਿੱਖ ਨੂੰ ਗਲ ਦੇ ਨਾਲ ਲਾ ਲਿਆ ਉਹ ਸੀ ਭਾਈ ਨੰਦ ਲਾਲ ਘੁੱਟ ਕੇ ਗਲ ਦੇ ਨਾਲ ਲਾ ਲਿਆ ਤੇ ਹੁਣ ਨੰਦ ਲਾਲ ਰੋਈ ਜਾ ਰਿਹਾ ਕਲਗੀਧਰ ਪਾਤਸ਼ਾਹ ਚਲੇ ਗਏ ਉੱਥੋਂ ਚਲੇ ਜਾਂਦੇ ਨੇ ਤੇ ਕੁਝ ਸਿੱਖ ਨੰਦ ਲਾਲ ਦੇ ਕੋਲ ਗਏ ਨੇ ਤੇ ਕਹਿ ਰਹੇ ਨੇ ਨੰਦ ਲਾਲ ਕਿਉਂ ਰੋ ਰਿਹਾ ਹੈ ਕਹਿੰਦਾ ਨੰਦ ਲਾਲ ਕਹਿੰਦਾ ਅੱਜ ਮੇਰਾ ਕੁਛ ਕਰਨ ਨੂੰ ਜੀ ਕਰ ਰਿਹਾ ਕਹਿੰਦਾ ਕੀ ਕਰਨ ਨੂੰ ਨੰਦ ਲਾਲ ਆਪਣੀ ਨਜ਼ਮ ਚ ਕਹਿੰਦਾ ਹੈ ਕਹਿੰਦਾ ਰੋਜ਼ਾਏ ਬਾਗੇ ਇਰਮ ਕੁਰਬਾ ਕੋਨ ਰੋਜ਼ਾਏ ਕਹਿੰਦੇ ਨੇ ਰੋਜ਼ਾ ਵੈਸੇ ਅਸੀਂ ਆਮ ਕਈ ਵਾਰੀ ਤੁਸੀਂ ਵੇਖਿਆ ਹੋਣਾ ਨਾ ਜਗ੍ਹਾ ਦੇ ਉੱਪਰ ਲਿਖਿਆ ਹੁੰਦਾ ਰੋਜ਼ਾ ਸ਼ਰੀਫ ਵੈਸੇ ਰੋਜ਼ਾ ਉਸ ਕਬਰ ਨੂੰ ਕਿਹਾ ਜਾਂਦਾ ਹੈ ਜਿਹੜਾ ਕੋਈ ਮੁਸਲਮਾਨ ਪੀਰ ਆਪਣੇ ਮਰਨ ਤੋਂ ਪਹਿਲਾਂ ਹੀ ਆਪਣੀ ਜਗ੍ਹਾ ਮੁਕਰਰ ਕਰ ਦਵੇ ਕਿ ਮੈਨੂੰ ਇੱਥੇ ਦਫ਼ਨ ਕੀਤਾ ਜਾਵੇ ਉਹਨੂੰ ਰੋਜ਼ਾ ਕਿਹਾ ਜਾਂਦਾ ਹੈ ਜਿੱਥੇ ਜ਼ਿਆਦਾ ਕਬਰਾਂ ਹੁੰਨ ਉਸਨੂੰ ਮਕਬਰਾ ਕਿਹਾ ਜਾਂਦਾ ਹੈ ਤੇ ਜਿੱਥੇ ਕੱਲੀ ਕਬਰ ਹੋਵੇ ਉਸ ਨੂੰ ਕਬਰ ਕਿਹਾ ਜਾਂਦਾ ਤੇ ਉਹਦੇ ਅੱਗੇ ਦਰਵਾਜ਼ਾ ਬਣਿਆ ਹੋਵੇ ਤੇ ਦਰਗਾਹ شریف ਕਹਿ ਦਿੰਦੇ ਨੇ ਕਬਰ ਦੇ ਵੀ ਦੋ ਹਿੱਸੇ ਹੁੰਦੇ ਨੇ ਜਿਹੜਾ ਭਾਗ ਜ਼ਮੀਨ ਦੇ ਥੱਲੇ ਹੁੰਦਾ ਉਸ ਨੂੰ ਕਬਰ ਕਹਿੰਦੇ ਨੇ ਜਿਹੜੀ ਉਪਰ ਤਕੋਨ ਬਣਾਈ ਹੁੰਦੀ ਉਸ ਨੂੰ ਤੁਰਬਤ ਕਿਹਾ ਜਾਂਦਾ ਹੁਣ ਇੱਥੇ ਭਾਈ ਨੰਦ ਲਾਲ ਕਹਿ ਰਹੇ ਨੇ ਰੋਜ਼ਾਏ ਬਾਗੇ ਇਰਮ ਇਰਮ ਕਹਿੰਦੇ ਨੇ ਸਵਰਗ ਨੂੰ ਕਹਿੰਦਾ ਮੇਰਾ ਜੀ ਕਰਦਾ ਕਿ ਮੈਂ ਹੁਣੇ ਮਰ ਜਾਵਾਂ ਕਹਿੰਦਾ ਮਰ ਕੇ ਕੀ ਕਰੇ ਕਹਿੰਦਾ ਜਿਹੜਾ ਸਵਰਗ ਦੇ ਵਿੱਚ ਬਿਸ਼ਿਸ਼ ਦੇ ਵਿੱਚ ਭਾਗ ਹੈ ਨਾ ਉਹਨੂੰ ਕੁਰਬਾਨ ਕਰ ਦੇਵਾਂ ਰੋਜ਼ਾਏ ਬਾਗੇ ਇਰਮ ਕੁਰਬਾ ਕੁਨਮ ਮੇਰਾ ਜੀ ਕਰਦਾ ਏ ਕਿ ਮੈਂ ਹੁਣੇ ਮਰ ਕੇ ਜੰਨਤ ਦੇ ਵਿੱਚ ਜਾਵਾਂ ਤੇ ਜਿਹੜਾ ਬਹਿਸ਼ਤ ਦੇ ਵਿੱਚ ਬਾਗ ਹੈ ਨਾ ਮੈਂ ਉਹਨੂੰ ਕੁਰਬਾਨ ਕਰ ਦੇਵਾਂ ਕਹਿੰਦਾ ਕਿਦੇ ਤੇ ਕੁਰਬਾਨ ਕਰਨਾ ਏ ਕਹਿੰਦਾ ਬਸ ਕਿ ਮਾਰਾਏ ਕੂਏ ਬਾਸ਼ਦ ਲਜੀਜ਼ ਉਸ ਗਲੀ ਦੇ ਵਿੱਚੋਂ ਜਿੱਥੇ ਮੇਰੇ ਕਲਗੀਧਰ ਪਾਤਸ਼ਾਹ ਦੇ ਚਰਨ ਪਏ ਨੇ ਜਿੱਥੋਂ ਉਹ ਤੁਰ ਕੇ ਆਏ ਸੀ ਤੇ ਜਿੱਥੇ ਉਹ ਤੁਰ ਕੇ ਜਾ ਰਹੇ ਨੇ ਮੇਰਾ ਜੀ ਕਰ ਰਿਹਾ ਏ ਕਿ ਮੈਂ ਉਸ ਗਲੀ ਦੇ ਉੱਪਰੋਂ ਸਵਰਗ ਦੇ ਬਾਗ ਨੂੰ ਕੁਰਬਾਨ ਕਰ ਦੇਵਾਂ ਤੇ ਕਈ ਵਾਰੀ ਵੇਖੋ ਉਹ ਸਾਰੇ ਆਪਸ ਵਿੱਚ ਜਾਣਕਾਰ ਸਿੱਖ ਸੀਗੇ ਤੇ ਇੱਕ ਸਿੱਖ ਮਜ਼ਾਕ ਨਾਲ ਕਹਿੰਦਾ ਫਿਰ ਮਰਦਾ ਕਿਉਂ ਨਹੀਂ ਇੰਨੀ ਗੱਲ ਤੇ ਕਹਿ ਰਿਹਾ ਹੈ ਕਿ ਮਰ ਕੇ ਸਵਰਗ ਜਿਹੜਾ ਹੈ ਕਲਗੀਧਰ ਦੀ ਉਸ ਗਲੀ ਦੇ ਉੱਪਰੋਂ ਕੁਰਬਾਨ ਕਰ ਦੇਵਾਂ ਜਿੱਥੇ ਚਰਨ ਪਏ ਨੇ ਫਿਰ ਮਰਦਾ ਕਿਉਂ ਨਹੀਂ ਤੇ ਅਗਲਾ ਜਵਾਬ ਦਿੰਦਾ ਹੈ ਕਹਿੰਦਾ ਜ਼ਿੰਦਾ ਮੈਂ ਗਰਦਮ ਕਹਿੰਦਾ ਮਰਿਆ ਇਸ ਕਰਕੇ ਨਹੀਂ ਜਾ ਰਿਹਾ ਜ਼ਿੰਦਾ ਮੈਂ ਗਰਦਮ ਜੇ ਬੂਏ ਮੁਕਦਮਸ਼ ਕਦਮ ਇੱਕ ਨੂੰ ਕਿਹਾ ਜਾਂਦਾ ਹੈ ਮੁਕਦਮ ਬਹੁ ਕਦਮ ਜਿਹੜੇ ਹੁੰਦੇ ਨੇ ਜ਼ਿਆਦਾ ਕਦਮ ਕਹਿੰਦਾ ਹੁਣ ਕੀ ਕਰਾਂ ਮੌਤ ਵੀ ਨਹੀਂ ਆ ਰਹੀ ਜ਼ਿੰਦਾ ਮੈਂ ਗਰਦਮ ਸਰੀਰ ਦੇ ਵਿੱਚ ਸਾਹ ਇਸ ਕਰਕੇ ਚੱਲ ਰਿਹਾ ਹੈ ਜ਼ਿੰਦਾ ਮੈਂ ਗਰਦਮ ਜੇ ਬੂਏ ਮੁਕਦਮਸ਼ ਕਹਿੰਦਾ ਹੁਣ ਮੌਤ ਵੀ ਇਸ ਕਰਕੇ ਨਹੀਂ ਆ ਰਹੀ ਬਸ ਕੇ ਮਾਰਾ ਇਹ ਬੂਏ ਬਾਸ਼ਦਲ ਅਜੀਜ਼ ਜਿਸ ਗਲੀ ਦੇ ਵਿੱਚ ਕਲਗੀਧਰ ਪਾਸ਼ਾ ਦੇ ਚਰਨ ਪਏ ਨੇ ਜਿਹੜੀ ਉਹ ਸੁਗੰਧ ਆ ਰਹੀ ਹੈ ਉਹ ਮੇਰੇ ਪ੍ਰਾਣਾ ਨੂੰ ਟੁੱਟਣ ਨਹੀਂ ਦੇ ਰਹੀ ਜ਼ਿੰਦਾ ਮੈਂ ਗਰਦਮ ਜੇ ਕਿੰਤਾ ਜੀ ਇਸ ਕਰਕੇ ਰਿਆਂ ਕਿਉਂ ਬੂਏ ਮੁਕਦਮਸ਼ ਕਲਗੀਧਰ ਦੇ ਚਰਨਾਂ ਦੀ ਸੁਗੰਧ ਜਿਸ ਗਲੀ ਚੋਂ ਚਰਨ ਲੱਗੇ ਨੇ ਇਸ ਕਰਕੇ ਜਿਹੜਾ ਮੈਂ ਗੁਰੂ ਦੇ ਨਾਲ ਇੰਨਾ ਜੁੜ ਗਿਆ ਕਿ ਮੇਰੇ ਜਿਹੜੇ ਸਾਹ ਆ ਰਹੇ ਨੇ ਉਹ ਗੁਰੂ ਦੇ ਚਰਨਾਂ ਦੀ ਸੁਗੰਧ ਦੇ ਸਦਕਾ ਨੇ ਤੇ ਉਹਨੂੰ ਭਾਈ ਸਾਹਿਬ ਭਾਈ ਗੁਰਦਾਸ ਨੇ ਕਿਹਾ ਸੌਦਾ ਇਕਤ ਹਟ ਹੈ ਗੁਰੂ ਨੂੰ ਕੀ ਕਰਕੇ ਜਨਣਾ ਸੀ ਸੌਦਾ ਇਕਤ ਹਟ ਹੈ ਸ਼ਹ ਸਤਗੁਰ ਸੂਰਾ ਜਦੋਂ ਤੁਸੀਂ ਕਿਸੇ ਦੁਕਾਨ ਤੇ ਜਾਂਦੇ ਹੋ ਕਿਸੇ ਦੁਕਾਨ ਤੋਂ ਇੱਕ ਚੀਜ਼ ਖਰੀਦਦੇ ਹੋ ਕਿਸੇ ਤੋਂ ਦੋ ਚੀਜ਼ਾਂ ਖਰੀਦਦੇ ਹੋ ਕਿਸੇ ਤੋਂ ਤਿੰਨ ਖਰੀਦਦੇ ਹੋ ਪਰ ਇੱਥੇ ਜਿਹੜੀ ਗੁਰੂ ਦੀ ਹਟ ਦੀ ਗੱਲ ਭਾਈ ਸਾਹਿਬ ਭਾਈ ਗੁਰਦਾਸ ਕਰ ਰਹੇ ਨੇ ਕਹਿੰਦੇ ਸੌਦਾ ਇਕਤ ਹਟ ਹੈ ਇੱਕ ਹੀ ਦੁਕਾਨ ਦੇ ਵਿੱਚ ਸਾਰੀਆਂ ਹੀ ਵਸਤਾਂ ਪਈਆਂ ਹੋਈਆਂ ਨੇ ਉਹਦਾ ਮਾਲਕ ਕੌਣ ਹੈ ਸ਼ਾਹ ਸਤਗੁਰ ਸੂਰਾ ਉਹਦਾ ਮਾਲਕ ਹੈ ਸਾਡਾ ਗੁਰੂ ਪਰ ਕਹਿੰਦੇ ਕਿ ਇੱਥੇ ਸੌਦਾ ਖਰੀਦਣਾ ਤਾਂ ਖੇਡ ਵੱਖਰੀ ਐ ਤੁਸੀਂ ਦੁਕਾਨ ਤੇ ਜਾਂਦੇ ਹੋ ਪੈਸੇ ਰੱਖਦੇ ਹੋ ਵਸਤ ਖਰੀਦਦੇ ਹੋ ਇੱਥੇ ਜੇਕਰ ਤੁਸੀਂ ਕੋਈ ਚੀਜ਼ ਖਰੀਦਣੀ ਐ ਤਾਂ ਇੱਕ ਚੀਜ਼ ਹੀ ਵਿਕਣੀ ਐ ਔਗਣ ਲੈ ਗੁਣ ਵਿਕਣੇ ਬਚਨੇ ਦਾ ਸੂਰਾ ਤਹਾਨੂੰ ਗੁਰੂ ਦੇ ਅੱਗੇ ਆਪਣੇ ਔਗਣ ਛੱਡ ਜਣੇ ਪੈਣਗੇ ਤੇ ਗੁਣਾਂ ਨੂੰ ਧਾਰਨ ਕਰਨਾ ਪਵੇਗਾ ਤੇ ਗੁਣਾਂ ਤੇ ਔਗਣਾਂ ਨੂੰ ਧਾਰਨ ਕਰਨ ਦੀ ਪ੍ਰਕਿਰਿਆ ਦੇ ਵਿੱਚ ਮਨੁੱਖ ਦੇ ਸਰੀਰ ਦਾ ਇੱਕ ਹੀ ਅੰਗ ਭੂਮਿਕਾ ਨਿਭਾਉਂਦਾ ਹੈ ਜਿਸ ਅੰਗ ਦਾ ਕੋਈ ਸਰੂਪ ਨਹੀਂ ਅਸੀਂ ਜਦੋਂ ਕੋਈ ਮਰ ਜਾਂਦਾ ਹੈ ਉਹਦਾ ਪੋਸਟਮਾਰਟਮ ਕਰਦੇ ਆ ਤਾਂ ਇੱਕ ਅੰਗ ਹੈ ਜਿਹੜਾ ਸਾਨੂੰ ਕਦੀ ਨਹੀਂ ਲੱਭਦਾ ਉਹ ਹੈ ਮਨ ਮਨ ਨਹੀਂ ਲੱਭਦਾ ਪਰ ਸਾਰੀ ਜ਼ਿੰਦਗੀ ਮਨ ਤੇ ਗੁਜ਼ਰ ਜਾਂਦੀ ਹੈ ਮਨ ਕਰਦਾ ਹੈ ਆਹ ਕਰਾਂ ਮਨ ਕਰਦਾ ਹੈ ਆਹ ਨਾ ਕਰਾਂ ਮਨ ਕਰਦਾ ਹੈ ਗੁਰਦੁਆਰੇ ਜਾਵਾਂ ਮਨ ਕਰਦਾ ਹੈ ਅੱਜ ਪਾਠ ਨਾ ਕਰਾਂ ਮਨ ਲੱਭਦਾ ਕਿਤੇ ਨਹੀਂ ਬੰਦੇ ਨੂੰ ਚੀਰ ਕੇ ਸੁੱਟ ਦਈਦਾ ਸਾਨੂੰ ਗੁਰਦੇ ਲੱਭ ਜਾਂਦੇ ਨੇ ਫੇਫੜੇ ਲੱਭ ਜਾਂਦੇ ਨੇ ਦਿਮਾਗ ਲੱਭ ਜਾਂਦਾ ਹੈ ਮਨ ਕਿਤੇ ਨਹੀਂ ਲੱਭਦਾ ਸਾਰੀ ਖੇਡ ਮਨ ਤੇ ਟਿਕੀ ਹੋਈ ਹੈ ਤੇ ਜੇਕਰ ਗੁਰੂ ਦੇ ਨਾਲ ਉਹ ਸੌਦਾ ਕਰਨਾ ਹੈ ਤਾਂ ਉਹੀ ਵੇਚਣਾ ਪੈਣਾ ਜਿਹੜਾ ਤੁਹਾਨੂੰ ਦਿਖ ਨਹੀਂ ਰਿਹਾ ਗੁਰੂ ਪਾਤਸ਼ਾਹ ਕਹਿੰਦੇ ਮਨ ਵੇਚੇ ਸਤਗੁਰੂ ਕੇ ਪਾਸ ਵੇਚਣਾ ਵੀ ਉਹ ਪੈ ਰਿਆ ਜਿਹੜਾ ਦੇਸੀ ਨਹੀਂ ਰਿਹਾ ਕਿਉਂਕਿ ਔਗਣਾਂ ਨੂੰ ਤਿਆਗਣ ਦਾ ਤੇ ਗੁਨਾ ਨੂੰ ਗ੍ਰਹਿਣ ਕਰਨ ਦਾ ਸੰਬੰਧ ਕੇਵਲ ਮਨ ਦਾ ਤੇ ਮਨ ਦੀਆਂ ਵੀ ਚਾਰ ਅਵਸਥਾਵਾਂ ਨੇ ਚਿੱਤ ਬੁੱਧ ਵਿਚਾਰ ਤੇ ਅਹੰਕਾਰ ਅਸੀਂ ਜਦੋਂ ਕੋਈ ਚੀਜ਼ ਵੇਖ ਰਹੇ ਹੁੰਨੇ ਆ ਚਿੱਤ ਕਰ ਰਿਹਾ ਹੁੰਦਾ ਕਰਾਂ ਕਰਾਂ ਕਿਵੇਂ ਉਹ ਬੁੱਧ ਹੈ ਤੇ ਜਦੋਂ ਕਰ ਲਿਆ ਤੇ ਫਿਰ ਉਹਨੂੰ ਪ੍ਰਗਟ ਕਰਨਾ ਉਹ ਵਿਚਾਰ ਹੈ ਤੇ ਜੇ ਕਿਤੇ ਫਿਰ ਆ ਜੇ ਕਿ ਜੋ ਕੀਤਾ ਮੈਂ ਕੀਤਾ ਫਿਰ ਉਹ ਅਹੰਕਾਰ ਹੈ। ਇਹੀ ਤਾਂ ਚਾਰ ਅਵਸਥਾਵਾਂ ਨੇ। ਜਦੋਂ ਮਨ 'ਚ ਇਹ ਗੱਲ ਆ ਗਈ ਕਿ ਜੋ ਕੀਤਾ ਮੈਂ ਕੀਤਾ ਉਹ ਅਹੰਕਾਰ ਹੈ। ਤੇ ਇੱਥੇ ਗੁਰੂ ਦੀ ਹੱਡੀ ਤੇ ਜਿਹੜਾ ਸੌਦਾ ਹੁੰਦਾ ਔਸ ਸੌਦੇ ਦੀਆਂ ਉਦਾਹਰਨਾਂ ਮੈਂ ਤੁਹਾਡੇ ਨਾਲ ਇਸ ਕਰਕੇ ਸਾਂਝੀਆਂ ਕਰ ਰਿਹਾ ਕਿਉਂਕਿ ਤੁਸੀਂ ਅੱਗੋਂ ਵਿਦਿਆਰਥੀਆਂ ਦੇ ਨਾਲ ਉਹਨਾਂ ਦੇ ਨਾਲ ਜਿਹੜਾ ਤੁਹਾਡਾ ਵਾਰਤਾਲਾਪ ਹੋਣਾ ਹੈ, ਜਿਹੜਾ ਤੁਹਾਡਾ ਵਿਦਿਆਰਥੀਆਂ ਦੇ ਨਾਲ ਸੰਪਰਕ ਬਣਨਾ ਹੈ। ਉਹਦੇ ਵਿੱਚ ਤੁਹਾਡੇ ਕੋਲ ਕੁਝ ਵਿਦਿਆਰਥੀ ਐਵੇਂ ਦੇ ਵੀ ਆਉਣੇ ਨੇ ਜਿੰਨਾ ਵਿਦਿਆਰਥੀਆਂ ਨੂੰ ਤੁਹਾਨੂੰ ਇੱਕ ਨੀਕ ਰਸਤੇ ਦੇ ਉੱਪਰ ਲੈ ਕੇ ਆਉਣਾ ਹੈ ਕਿਉਂਕਿ ਸਾਡੇ ਗੁਰੂ ਨੇ ਕਿਹਾ ਉਹ ਕਹਿੰਦੇ ਨੇ ਕਿ ਸਫਲ ਕਰੇ ਸਿੰਮਲ ਬਿਰਖ ਸੁਵਰਨ ਮਨੂਰਾ ਅਗਲੀ ਲਾਈਨ ਐ ਇਸੇ ਦੀ ਵੈਸੇ ਜਿਹੜਾ ਸਿੰਮਲ ਹੈ ਅਸੀਂ ਕਹਿੰਨੇ ਉਹ ਕਿਸੇ ਕੰਮ ਦਾ ਰੁੱਖ ਨਹੀਂ ਹੈਗਾ ਅਸੀਂ ਆਸਾ ਦੀ ਵਾਰ 'ਚ ਰੋਜ਼ ਕਹਿ ਦਿੰਨੇ ਆ ਸਿੰਮਲ ਰੁੱਖ ਸਰਾਇਰਾ ਅਤ ਦੀ ਰਗਤਮੋਚ ਸਿੰਮਲ ਕਿਸੇ ਕੰਮ ਨਹੀਂ ਹੈਗਾ ਤੇ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਕਹਿੰਦੇ ਨੇ ਇੱਕ ਅਧਿਆਪਕ ਨੂੰ ਸਿੰਬਲ ਵਰਗੇ ਬੂਟੇ ਜਿਹੜੇ ਨੇ ਉਹ ਵੀ ਸਫਲ ਕਰਨੇ ਪੈਣੇ ਨੇ ਪਰ ਉਹ ਸਫਲ ਤਾਂ ਕਰ ਸਕੇਗਾ ਜੇਕਰ ਅਧਿਆਤਮਕ ਜਿਹੜਾ ਉਹ ਖੁਦ ਕਿਹੜਾ ਗੁਣ ਰੱਖਦਾ ਗੁਰਮਤ ਸਤ ਕਰ ਸਿੰਮਲ ਸਫਲ ਭਏ ਗੁਰਮਤ ਸਤ ਕਰ ਬਾਸ ਮੇਸ ਸੁਗੰਧ ਹੈ ਤੁਹਾਨੂੰ ਵਾਸ ਵਰਗੇ ਜੀਵਨ ਵਾਲੇ ਬੱਚਿਆਂ ਦੀ ਜ਼ਿੰਦਗੀ ਚ ਵੀ ਸੁਗੰਧ ਲਿਆਉਣੀ ਪੈਣੀ ਆ ਕਾਦੇ ਕਰਕੇ ਤੁਹਾਡੇ ਕੋਲ ਇੱਕੋ ਹੀ ਜਗ੍ਹਾ ਹੈ ਜੇ ਤੁਸੀਂ ਗੁਰੂ ਦੀ ਹੱਟੀ ਤੋਂ ਸੌਦਾ ਖਰੀਦ ਕੇ ਫਿਰ ਬੱਚਿਆਂ 'ਚ ਜਾਓਗੇ ਗੁਰਮਤ ਸਤ ਕਰ ਗੁਰੂ ਦੀ ਹੱਟ ਦੇ ਉੱਪਰੋਂ ਸੌਦਾ ਖਰੀਦ ਕੇ ਫਿਰ ਬੱਚਿਆਂ ਦੇ ਨਾਲ ਉਸ ਦਾ ਵਣਜ ਤੇ ਵਪਾਰ ਕਰੋਗੇ ਤਾਂ ਉਹਨਾਂ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਵੀ ਬਦਲਾ ਆ ਸਕਦਾ ਹੈ ਜਿਨ੍ਹਾਂ ਦਾ ਜੀਵਨ ਸਿੰਬਲ ਰੁੱਖ ਵਰਗਾ ਬਿਲਕੁਲ ਵਿਰਾਨ ਹੈ ਜਿਨ੍ਹਾਂ ਦਾ ਜੀਵਨ ਬਾਸ ਵਰਗਾ ਹੈ ਜਿਦੇ ਚੋ ਕਿਸੇ ਤਰ੍ਹਾਂ ਦੀ ਸੁਗੰਧ ਨਹੀਂ ਪਰ ਜਿਸ ਦਿਨ ਉਹਨਾਂ ਨੇ ਤੁਹਾਡੇ ਕੋਲੋਂ ਗੁਰਮਤ ਸਤ ਕਰ ਸਿੰਮਲ ਸਫਲ ਪਏ ਗੁਰਮਤ ਸਤ ਕਰ ਬਾਸ ਵੀ ਸੁਗੰਧ ਹੈ ਗੁਰਮਤ ਸਤ ਕਰ ਕਾਲਕੂਟ ਅੰਮ੍ਰਿਤ ਪਏ ਗੁਰਮਤ ਸਤ ਕਰ ਪਰਖਤ ਅੰਧ ਹੈ ਤੁਸੀਂ ਉਹਨਾਂ ਨੂੰ ਵੀ ਜੀਵਨਦਾਨ ਦੇ ਦੇਣਾ ਜਿਸ ਦਿਨ ਤੁਹਾਡੇ ਕੋਲੇ ਗਿਆਨ ਹੋਵੇਗਾ ਪਰ ਉਸ ਗਿਆਨ ਦਾ ਇੱਕੋ ਹੀ ਜਿਹੜਾ ਸਾਡੇ ਕੋਲ ਮਰਕਜ਼ ਹੈ ਇੱਕੋ ਹੀ ਤਰੀਕਾ ਹੈ ਉਹ ਹੈ ਗੁਰਮਤ ਸਤ ਕਰ ਗੁਰੂ ਦੀ ਮਤ ਨੂੰ ਸਤ ਕਰਕੇ ਮੰਨ ਲੈਣਾ ਤੇ ਸੱਚ ਜਾਣਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੀ ਕਿਰਪਾ ਕੀਤੀ ਹੈ ਸਾਡੇ ਤੇ ਇੱਕ ਵਾਰੀ ਦੀ ਘਟਨਾ ਛੋਟੀ ਜੀ ਜਦੋਂ ਸਾਰੇ ਸਿੰਘ ਮੈਦਾਨੇ ਜੰਗ ਚ ਕਿਰਪਾਨਾਂ ਫੜ ਕੇ ਜਾਣ ਲੱਗੇ ਨਾ ਤੇ ਭਾਈ ਨੰਦ ਲਾਲ ਕਿਰਪਾਨ ਚ ਚੱਕਣ ਲੱਗੇ ਤੇ ਪਾਤਸ਼ਾਹ ਨੇ ਕਿਹਾ ਨੰਦ ਲਾਲ ਤੂੰ ਕਿਰਪਾਨਾਂ ਚੁੱਕ ਪਾਤਸ਼ਾਹ ਕੀ ਕਰਦੇ ਹੋ ਸਾਰੇ ਸਿੰਘ ਤਾਂ ਮੈਦਾਨੇ ਜੰਗ ਚ ਕੁਰਬਾਨਾ ਚੁੱਕ ਕੇ ਜਾ ਰਹੇ ਨੇ ਤਲਵਾਰਾਂ ਚੁੱਕ ਕੇ ਜਾ ਰਹੇ ਹੋ ਮੈਨੂੰ ਕਹਿ ਰਹੇ ਹੋ ਤੂੰ ਤਲਵਾਰ ਨਾਲ ਚੁੱਕ ਕਹਿੰਦੇ ਆਨੰਦ ਲਾਲ ਕਈ ਵਾਰ ਕਈ ਤਲਵਾਰਾਂ ਮਿਲ ਕੇ ਇੱਕ ਕਲਮ ਚੁੱਕਣ ਵਾਲਾ ਪੈਦਾ ਨਹੀਂ ਕਰਦੀਆਂ ਪਰ ਇੱਕ ਕਲਮ ਜ਼ਾਰ ਕਈ ਤਲਵਾਰਾਂ ਚੁੱਕਣ ਵਾਲੇ ਜੋਧੇ ਪੈਦਾ ਕਰ ਸਕਦਾ ਤੂੰ ਕਲਮ ਜ਼ਾਰ ਹੈ ਤੇਰੀ ਕਲਮ ਦੇ ਨਾਲ ਕਈ ਤਲਵਾਰਾਂ ਚੁੱਕਣ ਵਾਲੇ ਜੋਧੇ ਪੈਦਾ ਹੋ ਸਕਦੇ ਟੀਚਰ ਦੇ ਕੋਲ ਇੰਨਾ ਕੁਝ ਹੁੰਦਾ ਤੁਹਾਡੀ ਕਲਮ ਦੇ ਨਾਲ ਬਦਲਾਅ ਆ ਸਕਦਾ ਹੈ ਸਮਾਜ ਦੇ ਵਿੱਚ ਤੁਹਾਡੀ ਲਿਖਤ ਦੇ ਨਾਲ ਇਸ ਸਮਾਜ ਨੂੰ ਬਦਲਿਆ ਜਾ ਸਕਦਾ ਹੈ ਮੇਰੇ ਗੁਰੂ ਨੇ ਇਹ ਗੱਲ ਕਹੀ ਹੈ ਕਿ ਬਦਲਾ ਤੇ ਤੁਸੀਂ ਬਦਲਾ ਵੇਖੋ ਗੁਰੂ ਘਰ ਨੇ ਘਾਈ ਜਿਹੜੇ ਸੀਗੇ ਉਹ ਵੀ ਵੱਡੇ ਵੱਡੇ ਸ਼ਾਇਰ ਬਣਾ ਦਿੱਤੇ ਵੱਡੇ ਵੱਡੇ ਕਵੀ ਬਣਾ ਦਿੱਤੇ ਚੰਦਨ ਕਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਦੇ ਵਿੱਚ ਆਇਆ ਪਾਤਸ਼ਾਹ ਆਹ ਕਿਵੇਂ ਦੀ ਰੀਤ ਤੋੜ ਦਿੱਤੀ ਕਵੀ ਬਣਨ ਦੇ ਵਾਸਤੇ ਤਾਂ ਕਈ ਸਮਾਂ ਉਸਤਾਦਾਂ ਦੀ ਕੁੱਟ ਖਾਣੀ ਪੈਂਦੀ ਸੀ ਕਿੰਨਾ ਚਿਰ ਉਸਤਾਦਾਂ ਨੂੰ ਮੱਥੇ ਟੇਕਣੇ ਪੈਂਦੇ ਸੀ ਉਹਨਾਂ ਦੀਆਂ ਜਿਹੜੀਆਂ ਕਈ ਤਰ੍ਹਾਂ ਦੀਆਂ ਵਗਾਰਾਂ ਤੇ ਕਾਰਾਂ ਕਰਨੀਆਂ ਪੈਂਦੀਆਂ ਸੀ ਆ ਤੁਸੀਂ ਸਾਰੇ ਹੀ ਸਿੱਖ ਕਹਿੰਦੇ ਹੋ ਮੈਂ ਕਵੀ ਦਰਬਾਰ ਕਰਦਾ ਹਾਂ ਤੁਸੀਂ ਤਲਵਾਰਾਂ ਚੁੱਕਣ ਵਾਲੇ ਵੀ ਕਵੀ ਬਣਾ ਦਿੱਤੇ ਬਾਬਾ ਦੀਪ ਸਿੰਘ ਜੀ ਬੜੇ ਸੋਹਣੇ ਵਿਦਵਾਨ ਸੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਸੀ ਤੁਸੀਂ ਸਾਰਿਆਂ ਨੂੰ ਵਿਦਵਾਨ ਬਣਾਈ ਜਾ ਰਹੇ ਹੋ ਪਰ ਪਾਤਸ਼ਾਹ ਜਿਹੜੇ ਤੁਸੀਂ ਵਿਦਵਾਨ ਬਣਾ ਰਹੇ ਹੋ ਇਹਨਾਂ ਦਾ ਮਿਆਰ ਕੋਈ ਨਹੀਂ ਜਿੱਦਨ ਕੋਈ ਚੰਗਾ ਕਵੀ ਤੁਹਾਡੇ ਦਰਬਾਰ ਦੇ ਵਿੱਚ ਆ ਗਿਆ ਨਾ ਮੇਰੇ ਵਰਗਾ ਇਹਨਾਂ ਕੋਲੋਂ ਜਵਾਬ ਨਹੀਂ ਦਿੱਤਾ ਜਾਣਾ ਤੇ ਪਾਤਸ਼ਾਹ ਕਹਿੰਦੇ ਚੰਦਨ ਮੈਨੂੰ ਖੁਦ ਪਤਾ ਹੈ ਕਿ ਤੇਰੀ ਰਚਨਾ ਦਾ ਜਵਾਬ ਮੇਰੇ ਕਵੀਆਂ ਦੇ ਕੋਲੋਂ ਨਹੀਂ ਦਿੱਤਾ ਜਾਣਾ ਕਿਉਂਕਿ ਮੇਰੇ ਕਵੀਆਂ ਦਾ ਮਿਆਰ ਬੜਾ ਉੱਚਾ ਹੈ ਤੇਰੀ ਕਵਤਾ ਦਾ ਜਵਾਬ ਤਾਂ ਗੁਰੂ ਘਰ ਦੇ ਕਾਹੀ ਦੇ ਸਕਦੇ ਜਿਹੜੇ ਘੋੜਿਆਂ ਨੂੰ ਘਾਹ ਪਾਉਂਦੇ ਨੇ ਹੱਸ ਪਿਆ ਚੰਦਨ ਕਵੀ ਕਹਿੰਦਾ ਫਿਰ ਘਾਈ ਨੂੰ ਹੀ ਬੁਲਾ ਲਓ ਭਾਈ ਧੰਨਾ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤਬੇਲੇ ਦੇ ਵਿੱਚ ਘਾਹ ਦੀ ਸੇਵਾ ਕਰਿਆ ਕਰਦੇ ਸੀ ਬੁਲਾ ਲਿਆ ਉਹਨਾਂ ਨੂੰ ਇੱਕ ਪਾਸੇ ਚੰਦਨ ਕਵੀ ਬੈਠਾ ਇੱਕ ਪਾਸੇ ਗੁਰੂ ਘਰ ਦਾ ਕਾਹੀ ਧੰਨਾ ਸਿੰਘ ਬੈਠਾ ਵਿਚਕਾਰ ਮੇਰੇ ਗੁਰੂ ਪਾਤਸ਼ਾਹ ਬੈਠੇ ਨੇ ਤੇ ਕਹਿੰਦੇ ਨੇ ਚੰਦਨ ਕਵੀ ਸੁਣਾ ਕਵਤਾ ਚੰਦਨ ਕਵੀ ਕਹਿੰਦਾ ਠੀਕ ਹੈ ਮੈਂ ਕਵਤਾ ਸੁਣਾਉਣ ਲੱਗਾ ਜੇਕਰ ਮੇਰੀ ਕਵਤਾ ਨੂੰ ਬੁੱਝ ਲਿਆ ਤੇ ਮੈਨੂੰ ਪਤਾ ਲੱਗ ਜਾਵੇਗਾ ਕਿ ਸੱਚਮੁੱਚ ਹੀ ਤੁਹਾਡੇ ਕਵੀਆਂ ਦੇ ਵਿੱਚ ਕੋਈ ਅਜ਼ਮਤ ਹੈ ਕੋਈ ਗਿਆਨ ਹੈ ਉਸਨੇ ਕਵਤਾ ਪੜ੍ਹੀ ਚੰਦਨ ਕਵੀ ਨੇ ਨਵਸਾਤ ਪੀਏ ਨਵਸਾਤ ਤ੍ਰਿਏ ਨਵਸਾਤ ਰਚੇ ਨਵਸਾਤ ਬਚੈ ਨਵਸਾਤ ਖੇਲੇ ਨਵਸਾਤ ਖਲਾਏ ਜੀਤ ਬਾਜੀ ਨਵਸਾਤਨ ਕੀ ਨਵਸਤਨ ਕੇ ਮੁਖ ਅੰਚਲ ਪਾਏ ਕਹਿੰਦਾ 부ਜ ਸਾਹਮਣੇ ਬੈਠਾ ਸੀ ਧੰਨਾ ਸਿੰਘ ਗੁਰੂ ਘਰ ਦਾ ਘਾਈ ਕਹਿੰਦਾ ਚੰਦਨ ਐਨੀ ਸੋਖੀ ਕਵਤਾ ਬੋਲ ਕੇ ਕਹਿ ਰਿਹਾ ਕਿ ਮੈਂ 부ਜਾ ਕਹਿੰਦਾ ਇਹ ਤਾਂ ਬੱਚਾ ਵੀ 부ਜ ਸਕਦਾ ਹੀ ਫਿਰ ਵੀ ਮੈਂ ਤੈਨੂੰ ਦੱਸ ਦਿੰਨਾ ਨਵਸਾਤ ਤ੍ਰਿਏ ਨਵਸਾਤ 9 ਤੇ 7 ਤ੍ਰਿਏ 9 ਤੇ 7 16 ਸਾਲਾਂ ਦੀ ਜਵਾਨ ਕੰਨਿਆ ਉਹਦਾ ਪਤੀ ਨਵਸਾਤ ਪੀਏ 16 ਸਾਲਾਂ ਦੇ ਬਾਅਦ ਘਰ ਆਇਆ ਉਹਨਾਂ ਨੇ 16 ਬਾਜ਼ੀਆਂ ਚੌਪਟ ਦੀਆਂ ਖੇਡੀਆਂ ਉਸ ਨੇ ਉਹਦੇ ਵਿੱਚ 16 ਅੰਨੇ ਜਿੱਤੇ ਤੇ ਜਦੋਂ ਉਹਨੇ ਆਪਣੇ ਪਤੀ ਨੂੰ ਜਿੱਤ ਲਿਆ ਉਸ 16 ਕਰਾਂ ਸੰਪੂਰਨ ਮੁਖੜੇ ਵਾਲੀ ਕੰਨਿਆ ਨੇ ਉਸ ਚੰਦਰਮਾ ਜਿਹੜਾ 16 ਕਲਾ ਸੰਪੂਰਨ ਸੀ ਉਹਦੇ ਤੋਂ ਮੁਖੜਾ ਛਪਾ ਲਿਆ ਕਹਿੰਦਾ ਇਹ ਅਰਥ ਹੈ ਚੰਦਨ ਕਵੀ ਦੀਆਂ ਅੱਖਾਂ ਜ਼ਮੀਨ 'ਚ ਤਸੀਆਂ ਨੇ ਬੜੀ ਅਜੀਬ ਗੱਲ ਹੈ ਬੜਾ ਔਖਾ ਸ਼ੇਰ ਸੁਣਾਇਆ ਸੀ ਤੇ ਧੰਨਾ ਸਿੰਘ ਘਾਈ ਨੇ ਉਹਦਾ ਜਵਾਬ ਦਿੱਤਾ ਤੇ ਹੁਣ ਗੁਰੂ ਉੱਠ ਕੇ ਜਾਣ ਲੱਗਾ ਪਾਤਸ਼ਾਹ ਕਹਿੰਦੇ ਬਹਿ ਜਾ ਚੰਦਨ ਕਵੀ ਇਹ ਤਾਂ ਤੇਰਾ ਸੀ ਹੁਣ ਸਾਡੇ ਘਾਈ ਦਾ ਵੀ ਸੁਣ ਲੈ ਹੁਣ ਧੰਨਾ ਸਿੰਘ ਸੁਣਾਉਂਦਾ ਹੈ ਹੁਣ ਧੰਨਾ ਸਿੰਘ ਨੇ ਸੁਣਾਉਣਾ ਸ਼ੁਰੂ ਕੀਤਾ ਤੇ ਚੰਦਨ ਕਵੀ ਸੁਣ ਰਿਹਾ ਤੇ ਪਾਤਸ਼ਾਹ ਵਿਚਕਾਰ ਬੈਠੇ ਨੇ ਧੰਨਾ ਸਿੰਘ ਕਹਿੰਦਾ ਮਾਸ ਮਿਲੇ ਸਿੰਘ ਮਰੇ ਕਬ ਹੂ ਨਾ ਮਰੇ ਹਰ ਹੱਥ ਨਾ ਆਏ ਮੀਨ ਮਰੇ ਜਨ ਮਿਲੇ ਕਬ ਹੂੰ ਨਾ ਮਰੇ ਹਰ ਭਾਵਕ ਆਏ ਤਰੀਆ ਮਰੇ ਪਤਕੇ ਪਰ ਸੇ ਕਬ ਹੂੰ ਨਾ ਮਰੇ ਪਰਦੇਸ ਸਜਾਏ ਹੁਣ ਸੋਚ ਰਿਹਾ ਇਹ ਕਿ ਤਰ੍ਹਾਂ ਹੋ ਰਿਹਾ ਹੈ ਕਿ ਸ਼ੇਰ ਨੂੰ మాਸ ਮਿਲੇ ਤੇ ਉਹਦੀ ਮੌਤ ਹੋ ਰਹੀ ਹੈ ਮੱਛੀ ਨੂੰ ਪਾਣੀ ਮਿਲੇ ਤੇ ਉਹ ਮਰ ਰਹੀ ਹੈ ਤੇ ਘਰ ਵਾਲੀ ਦਾ ਪਤੀ ਪਰਦੇਸ ਜਾ ਰਿਹਾ ਤੇ ਉਹ ਖੁਸ਼ ਹੋ ਰਹੀ ਹੈ ਇਹ ਕਿਵੇਂ ਦੀ ਗੱਲ ਹੈ ਕਹਿੰਦਾ ਇਹ ਤੇ ਹੈ ਹੀ ਨਹੀਂ ਇਹ ਕੋਈ ਕਵਿਤਾ ਹੈ ਹੀ ਨਹੀਂ ਮੈਂ ਇਹਦੇ ਕੀ ਅਰਥ ਕਰਾਂ ਨਹੀਂ ਚੰਦਨ ਕਵੀ ਸੋਚ ਹੋਰ ਸੋਚ ਕਰ ਬੜਾ ਚਿਰ ਸੋਚਦਾ ਰਿਹਾ ਬੜਾ ਚਿਰ ਸੋਚਦਾ ਰਿਹਾ ਨਾ ਸਮਝ ਦੇ ਵਿੱਚ ਆਈ ਤੇ ਹਾਰ ਕੇ ਮੱਥਾ ਟੇਕ ਦਿੱਤਾ ਕਹਿੰਦਾ ਧੰਨਾਸਿਆ ਤੂੰ ਦੱਸ ਦੇ ਕਹਿੰਦਾ ਤੈਨ ਤੇ ਪਤਾ ਹੀ ਨਹੀਂ ਲੱਗਾ ਕਹਿੰਦਾ ਮਾਸ ਮਰੇ ਮਲੇ ਮਿਲੇ ਸਿੰਘ ਮਰੇ ਕਹਿੰਦਾ ਮੈਂ ਇੱਥੇ ਵਿਸ਼ਰਾਮ ਦਿੱਤਾ ਸੀ ਗੱਲ ਤਾਂ ਵਿਸ਼ਰਾਮ ਦੀ ਸੀ ਵਿਸ਼ਰਾਮ ਦੇਣਾ ਸੀ ਕਬਹੂ ਨਾ ਤੇ ਮਾਸ ਮਿਲੇ ਸਿੰਘ ਮਰੇ ਕਬਹੂ ਨਾ ਮਰੇ ਹਰ ਹੱਥ ਨਾ ਆਏ ਉਦੋਂ ਮਰਦਾ ਜਦੋਂ ਮਾਸ ਨਹੀਂ ਮਿਲਦਾ ਮੀਨ ਮਰੇ ਜਲ ਕੇ ਪਰਸੇ ਕਬੂਨਾ ਜਿੰਨਾ ਚਿਰ ਮੱਛੀ ਨੂੰ ਪਾਣੀ ਮਿਲਦਾ ਉਹ ਨਹੀਂ ਮਰਦੀ ਮਰੇ ਹਰ ਭਾਵਕ ਪਾਏ ਜਦੋਂ ਅੱਗ ਚ ਪਾਇਆ ਜਾਂਦੀ ਉਹ ਮਰ ਜਾਂਦੀ ਹੈ ਤਰੀਆ ਮਿਲੇ ਮਰੇ ਤਰੀਆ ਮਰੇ ਜਰ ਪਤੀ ਕੇ ਪਰਸੇ ਕਬੂਨਾ ਜਿੰਨਾ ਚਿਰ ਔਰਤ ਦਾ ਪਤੀ ਕੋਲ ਹੈ ਉਹਨੂੰ ਕੋਈ ਰੋਣ ਧੋਣ ਨਹੀਂ ਕੋਈ ਬਜੋਗ ਨਹੀਂ ਮਰੇ ਪਰਦੇਸ ਸੁਧਾਏ ਜਦੋਂ ਪ੍ਰੇਸ਼ ਜਾਂਦਾ ਉਹਦੋਂ ਚਿੰਤਾ ਦੇ ਵਿੱਚ ਪੈ ਜਾਂਦੀ ਕਹਿੰਦਾ ਗੱਲ ਤਾਂ ਵਿਸ਼ਰਾਮ ਨੂੰ ਬਦਲਦੀ ਸੀ ਕਵਤਾ ਤੱਕ ਹੀ ਆਈ ਨਹੀਂ ਸੀ ਉਹ ਜਿਹੜਾ ਚੰਦਨ ਕਵੀ ਸੀ ਉਹ ਗੁਰੂ ਦੇ ਚਰਨਾਂ ਤੇ ਟੈਪਿਆ ਤੇ ਮੇਰੇ ਗੁਰੂ ਪਾਤਸ਼ਾਹ ਕਹਿ ਰਹੇ ਨੇ ਚੰਦਨ ਕਵੀ ਵੇਖ ਲਿਆ ਨਾ ਇਹ ਨੇ ਮੇਰੇ ਕਵੀ ਇਹ ਨੇ ਗੁਰੂ ਘਰ ਦੇ ਘਾਈ ਤੇ ਸੱਚ ਜਾਣਿਓ ਜਿਹੜੇ ਗੁਰੂ ਘਰ ਦੇ ਕਵੀਆਂ ਦੀ ਕਵਿਤਾ ਹੈ ਉਹ ਕਿੰਨੀ ਉੱਚੀ ਹੋਵੇਗੀ ਉਹਦਾ ਮਿਆਰ ਕੀ ਹੋਵੇਗਾ ਜੇ ਉਹਦਾ ਮਿਆਰ ਵੇਖਣਾ ਇੱਕ ਛੋਟੀ ਜੀ ਉਦਾਹਰਨ ਭਾਈ ਨੰਦ ਲਾਲ ਜੀ ਦੀ ਕਲਗੀਧਰ ਦੇ ਪਾਤਸ਼ਾਹ ਦੇ ਕੇਸਾਂ ਨੂੰ ਤੱਕਿਆ ਇੱਕ ਰਚਨਾ ਕਹਿ ਦਿੱਤੀ ਦੀਨ ਦੁਨੀਆ ਦਰਕਮੰਦੇ ਆਪਰੀ ਰੁਖਸਾਰ ਮਾਂ ਹਰ ਦੋ ਆਲਮ ਕੀਮਤੇ ਇਕ ਤਾਰ ਮੁਏ ਯਾਰ ਮਾਂ ਇਹ ਕਲਗੀਧਰ ਪਾਤਸ਼ਾਹ ਤੇਰੇ ਕੇਸਾਂ ਦੀ ਇੱਕ ਇੱਕ ਤਾਰ ਦੇ ਉੱਪਰੋਂ ਦੋ ਜਹਾਨ ਸਜਦੇ ਕੀਤੇ ਜਾ ਸਕਦੇ ਨੇ ਕਿਉਂਕਿ ਤੇਰੇ ਰੁਖਸਾਰ ਦੇ ਵਿੱਚੋਂ ਸਾਰੀ ਕਾਇਨਾਤ ਦੇ ਦਰਸ਼ਨ ਹੋ ਰਹੇ ਨੇ ਪਾਤਸ਼ਾਹ ਨੇ ਕੁਟਕੇ ਗੱਲ ਦੇ ਨਾਲ ਆਇਆ ਨੰਦਨ ਲਾਲ ਇਹ ਕਿਵੇਂ ਦੀ ਅਵਸਥਾ ਤੇ ਨੰਦ ਲਾਲ ਕਹਿ ਰਿਹਾ ਦਿਲ ਅਗਰ ਦਾਣਾ ਬਵਦ ਅੰਦਰ ਕਿਨਾਰਿ ਸ਼ਿਆਰ ਅਸਤ ਚਸ਼ਮ ਗਰ ਬਿਨਾ ਬਵਧ ਹਰ ਤਰਫ ਦੀਦਾਰ ਅਸਤ ਪਾਤਸ਼ਾਹ ਕੀ ਦਸਾਂ ਮੈਂ ਜਿੱਧਰ ਵੀ ਵੇਖਦਾ ਹਾਂ ਦੀਦਾਰ ਹੀ ਤੇਰਾ ਹੁੰਦਾ ਹੈ ਜਦੋਂ ਦੀ ਸ਼ਬਦ ਤੇ ਸੁਰਤ ਦੀ ਸੋਝੀ ਮਿਲ ਗਈ ਹੈ ਮੈਂ ਜਿੱਧਰ ਵੀ ਵੇਖਦਾ ਹੈ ਦੀਦਾਰ ਹੀ ਤੇਰਾ ਹੁੰਦਾ ਹੈ ਤੇ ਪਾਤਸ਼ਾਹ ਨੇ ਇੱਕ ਕੌਤਕ ਕੀਤਾ ਘੁੱਟ ਕੇ ਗੱਲ ਦੇ ਨਾਲ ਬਗਲਗੀਰ ਕੀਤਾ ਤੇ ਲੈ ਕੇ ਤੁਰ ਪਏ ਨਾਲ ਕੁਝ ਸਿੰਘ ਵੀ ਤੁਰ ਪਏ ਜਾਂਦਿਆਂ ਪਾਸ਼ਾ ਨੇ ਜ਼ਮੀਨ ਤੋਂ ਇੱਕ ਪੱਥਰ ਚੁੱਕਿਆ ਤੇ ਪਾਣੀ ਛੱਡ ਦਿੱਤਾ ਸਿੱਖੋ ਪੱਥਰ ਡੁੱਬਿਆ ਕਿਉਂ ਹੈ ਤੇ ਇੱਕ ਸਾਡੇ ਵਰਗਾ ਸਿੱਖ ਇਹਦਾ ਪਾਤਸ਼ਾਹ ਤੁਹਾਨੂੰ ਪਤਾ ਹੀ ਹੈ ਪਾਣੀ 'ਚ ਪੱਥਰ ਸੁੱਟਿਆ ਡੁੱਬਣਾ ਹੀ ਸੀ ਪਾਤਸ਼ਾਹ ਹੋਰ ਅੱਗੇ ਗਏ ਇੱਕ ਪੱਥਰ ਫੇਰ ਚੁੱਕਿਆ ਫਿਰ ਪਾਣੀ ਦੇ ਵਿੱਚ ਸਿੱਖੋ ਪੱਥਰ ਡੁੱਬਿਆ ਕਿਉਂ ਹੈ ਪਾਤਸ਼ਾਹ ਪੱਥਰ ਭਾਰਾ ਹੁੰਦਾ ਹੈ ਪਾਣੀ ਹੌਲਾ ਹੁੰਦਾ ਹੈ ਤੇ ਤੁਸੀਂ ਪੱਥਰ ਪਾਣੀ 'ਚ ਸੁੱਟਿਆ ਕੁਦਰਤੀ ਡੁੱਬੇਗਾ ਹੀ ਪਾਤਸ਼ਾਹ ਮੁਸਕਰਾ ਪਏ ਥੋੜਾ ਹੋਰ ਅੱਗੇ ਗਏ ਇੱਕ ਪੱਥਰ ਫੇਰ ਚੁੱਕਿਆ ਫਿਰ ਪਾਣੀ 'ਚ ਸਿੱਖੋ ਪੱਥਰ ਡੁੱਬਿਆ ਕਿਉਂ ਇਹ ਸਵਾਲ ਉਹੀ ਹੈ ਤੇ ਮੈਂ ਖੁਦ ਡਾਕਟਰਾਂ ਇਹ ਕਈ ਵਾਰੀ ਮਰੀਜ਼ ਤਿੰਨ ਚਾਰ ਵਾਰੀ ਇੱਕੋ ਗੱਲ ਪੁੱਛੇ ਨਾ ਅੱਕ ਜਾਈਦਾ ਯਾਰ ਇੱਕ ਦਵਾਈ ਦਿਨ ਚ ਤਿੰਨ ਵਾਰੀ ਖਾਣੀ ਮਾਤਾ ਤੈਨੂੰ ਕਿੰਨੀ ਵਾਰੀ ਦੱਸਿਆ ਹੁਣ ਸਿੱਖ ਖਿਜ ਗਿਆ ਪਾਤਸ਼ਾਹ ਕੀ ਕਰਦੇ ਹੋ ਪੱਥਰ ਚੁੱਕ ਦਿਓ ਪਾਣੀ ਚ ਸੁੱਟ ਦਿਓ ਫਿਰ ਕਹਿੰਦੇ ਹੋ ਕਿਉਂ ਡੁੱਬਿਆ ਪਾਤਸ਼ਾਹ ਤੁਹਾਨੂੰ ਦਾਸ ਤੇ ਦਿੱਤਾ ਪੱਥਰ ਪਾਣੀ ਚ ਡੁੱਬ ਜਾਂਦਾ ਦੋ ਸਿੱਖਾਂ ਨੇ ਕਹਿ ਦਿੱਤਾ ਮੈਂ ਵੀ ਤੁਹਾਨੂੰ ਕਹਿ ਰਿਹਾ ਕਿ ਪੱਥਰ ਪਾਣੀ ਚ ਡੁੱਬ ਜਾਂਦਾ ਪਾਤਸ਼ਾਹ ਮੁਸਕਰਾ ਪਏ ਕੋਈ ਕਮੈਂਟ ਨਹੀਂ ਕੋਈ ਟਿੱਪਣੀ ਨਹੀਂ ਕੋਈ ਰੰਜਿਸ਼ ਨਹੀਂ ਕੋਈ ਗਿਲਾ ਨਹੀਂ ਕੋਈ ਗੁੱਸਾ ਨਹੀਂ ਗੋਇਟਾਸ਼ ਨਹੀਂ ਥੋੜਾ ਹੋਰ ਅੱਗੇ ਗਿਆ ਇੱਕ ਪੱਥਰ ਫੇਰ ਚੁੱਕਿਆ ਫਿਰ ਪਾਣੀ 'ਚ ਪਰ ਹੁਣ ਸਵਾਲ ਬਦਲ ਗਿਆ ਹੁਣ ਇਹ ਨਹੀਂ ਕਿਹਾ ਸਿੱਖੋ ਪੱਥਰ ਡੁੱਬਿਆ ਕਿਉਂ ਹੈ ਹੁਣ ਕਿਹਾ ਜਾ ਰਿਹਾ ਆਨੰਦ ਲਾਲ ਪੱਥਰ ਡੁੱਬਿਆ ਕਿਉਂ ਹੈ ਨੰਦ ਲਾਲ ਬੋਲ ਹੀ ਨਹੀਂ ਰਿਹਾ ਚੁੱਪ ਹੈ ਪਾਤਸ਼ਾਹ ਨੇ ਪਿੱਛੇ ਮੁੜ ਕੇ ਵੇਖਿਆ ਆਨੰਦ ਲਾਲ ਮੈਂ ਤੈਨੂੰ ਪੁੱਛ ਰਿਹਾ ਪੱਥਰ ਡੁੱਬਿਆ ਕਿਉਂ ਹੈ ਆਨੰਦ ਲਾਲ ਦੀਆਂ ਅੱਖਾਂ ਚੱਥਰੂ ਨੇ ਪਾਤਸ਼ਾਹ ਰੁਕ ਗਏ ਕਹਿੰਦੇ ਆਨੰਦ ਲਾਲ ਦੱਸ ਮੈਂ ਤੈਨੂੰ ਪੁੱਛ ਰਿਹਾ ਪੱਥਰ ਡੁੱਬਿਆ ਕਿਉਂ ਹੈ ਤੇ ਆਨੰਦ ਲਾਲ ਕਹਿੰਦਾ ਕਹਿੰਦਾ ਬ੍ਰਾਹਮਣ ਮੁਸ਼ਤਾਕੈ ਬੁੱਤ ਜ਼ਾਹਿਦ ਫਿਜ਼ਾਏ ਖਾਨ ਕਾ ਹਰ ਕਜ਼ਾ ਜ਼ਲਵਾ ਮੁਹੱਬਤ ਦੀਦਾ ਯਮ ਸ਼ਰਸ਼ਾਰਸਤ ਐ ਪਾਤਸ਼ਾਹ ਕੀ ਦਸਾਂ ਬ੍ਰਾਹਮਣ ਤੇ ਪੱਥਰ ਦੇ ਬੁੱਤ ਨੂੰ ਜਾ ਕੇ ਮੱਥਾ ਟੇਕਦਾ ਮੈਂ ਨਾ ਡੁੱਬਾਂ ਮੁਸਲਮਾਨ ਤੇ ਪੱਥਰ ਦੀ ਮਸਜਿਦ 'ਚ ਜਾ ਕੇ ਨਮਾਜ਼ ਪੜਦਾ ਮੈਂ ਨਾ ਡੁੱਬਾਂ ਹਰ ਕਜ਼ਾ ਜ਼ਲਵਾ ਮੁਹੱਬਤ ਦੀਦਾ ਯਮ ਸ਼ਰਸ਼ਾਰਸਤ ਨਾ ਮੇਰੇ ਕੋ ਬੋਲਿਆ ਜਾ ਰਿਹਾ ਮੇਰੀਆਂ ਅੱਖਾਂ ਦੇ ਵਿੱਚ ਅਥਰੂ ਤਾਂ ਆਇਸ ਕਰਕੇ ਨੇ ਪਾਤਸ਼ਾਹ ਨਾ ਮੈਂ ਪੱਥਰ ਵੇਖਿਆ ਨਾ ਪਾਣੀ ਵੇਖਿਆ ਮੈਨੂੰ ਤੇ ਇੰਨਾ ਪਤਾ ਲੱਗਾ ਜਿਹੜਾ ਤੇਰੇ ਹੱਥ 'ਚੋਂ ਛੁੱਟ ਗਿਆ ਉਹ ਡੁੱਬ ਗਿਆ ਹਰ ਕਜ਼ਾ ਜ਼ਲਵਾ ਮੁਹੱਬਤ ਦੀਦਾ ਯਮ ਸ਼ਰਸ਼ਾਰਸਤ ਮੈਂ ਤਾਂ ਹੋਰ ਕੁਝ ਵੇਖਿਆ ਹੀ ਨਹੀਂ ਮੈਨੂੰ ਤਾਂ ਇਹ ਪਤਾ ਲੱਗਾ ਕਿ ਜਿਹੜਾ ਤੇਰੇ ਹੱਥ 'ਚੋਂ ਛੁੱਟ ਜਾਂਦਾ ਉਹ ਡੁੱਬ ਜਾਂਦਾ ਅੱਗੇ ਜਾ ਕੇ ਭਾਈ ਗੁਰਦਾਸ ਕਹਿੰਦੇ ਨੇ ਜੇਕਰ ਐਸਾ ਸੰਪੂਰਨ ਗੁਰੂ ਹੋਵੇ ਤਾਂ ਫਿਰ ਉਹ ਕੀ ਹੈ ਵਾਸ ਸਵਾਸ ਨਿਵਾਸ ਕਰ ਕਾਉ ਹੰਸ ਨਾ ਊਰਾ ਇਹਨਾਂ ਗੱਲਾਂ ਨੂੰ ਸਮਝਣ ਦੀ ਲੋੜ ਹੈ ਪੂਰਨ ਗੁਰੂ ਦੀ ਸੰਗਤ ਦੇ ਵਿੱਚ ਜਿਹੜੇ ਅਸੀਂ ਕਾਂ ਵਾਲੀ ਬਿਰਤੀ ਵਾਲੇ ਲੋਕ ਆ ਉਹ ਹੰਸਾਂ ਵਰਗੇ ਹੋ ਜਾਂਦੇ ਐ ਇਸੇ ਤਰ੍ਹਾਂ ਸਾਡੇ ਕੋਲ ਵਿਦਿਆਰਥੀ ਆਉਣੇ ਨੇ ਜਿਨ੍ਹਾਂ ਨੇ ਕਿਤੇ ਨਾ ਕਿਤੇ ਆਪਣੀ ਉਹ ਮਾੜੀ ਬਿਰਤੀ ਵੀ ਲੈ ਕੇ ਆਉਣਾ ਪਰ ਉੱਥੇ ਸਾਡਾ ਅਧਿਆਪਕ ਦਾ ਫਰਜ਼ ਬਣ ਜਾਂਦਾ ਹੈ ਕਿ ਉਹ ਹੰਸ ਵਾਲੀ ਬਿਰਤੀ ਲੈ ਕੇ ਜਾਣ ਇੱਕ ਥਾਂ ਤੇ ਦਾ ਪ੍ਰੋਫਿਟ ਆਫ ਗਾਰਡਨ ਖਲੀਲ ਜ਼ਬਰਾਨ ਲਿਖਦਾ ਬੜੀ ਸੋਹਣੀ ਉਹਦੀ ਰਚਨਾ ਹੈ ਖਲੀਲ ਜ਼ਬਰਾਨ ਉਹਦੇ ਚ ਬੜੀ ਸੋਹਣੀ ਉਦਾਹਰਣ ਦਿੰਦਾ ਹੈ ਕਹਿੰਦਾ ਮੈਨੂੰ ਕਿਸੇ ਨੇ ਸਵਾਲ ਕੀਤਾ ਖਲੀਲ ਜ਼ਬਰਾਨ ਕਹਿ ਰਿਹਾ ਹੈ ਕਹਿੰਦਾ ਕਿਸੇ ਨੇ ਸਵਾਲ ਕੀਤਾ ਕਿ ਪ੍ਰਮਾਤਮਾ ਕੀ ਹੈ ਖਲੀਲ ਜ਼ਬਰਾਨ ਕਹਿੰਦਾ ਮੈਂ ਕੀ ਦੱਸਦਾ ਕਹਿੰਦਾ ਮੈਂ ਉਸ ਨੂੰ ਕਿਹਾ ਕਿ ਪ੍ਰਮਾਤਮਾ ਇੰਨਾ ਵੱਡਾ ਸਮੁੰਦਰ ਹੈ ਜਿਹਦੇ ਵਿੱਚ ਅਸੀਂ ਸਾਰੇ ਬੂੰਦਾਂ ਵਾਂਗ ਸਮਾ ਸਕਦੇ ਹਾਂ ਪ੍ਰਮਾਤਮਾ ਇੰਨਾ ਵੱਡਾ ਪ੍ਰਮਾਤਮਾ ਹੈ ਜਿਹਦੇ ਚ ਸਾਡੀਆਂ ਆਤਮਾ ਅੰਸ਼ਿਕ ਰੂਪ ਚ ਸਮਾ ਸਕਦੀਆਂ ਨੇ ਪ੍ਰਮਾਤਮਾ ਇੰਨਾ ਵੱਡਾ ਹਿਰਦਾ ਹੈ ਜਿਹਦੇ ਚ ਸਾਡੇ ਸਾਰੇ ਹਿਰਦੇ ਸਮਾ ਸਕਦੇ ਨੇ ਪ੍ਰਮਾਤਮਾ ਇੰਨਾ ਵੱਡਾ ਸੰਗੀਤ ਦਾ ਸੋਮਾ ਹੈ ਜਿਹਦੇ ਚ ਸਾਰੀ ਦੁਨੀਆ ਦਾ ਸੰਗੀਤ ਸਮਾ ਸਕਦਾ ਹੈ ਤੇ ਪ੍ਰਮਾਤਮਾ ਇੱਕ ਐਸਾ ਸਰਵ ਵਿਆਪਕ ਸਰੂਪ ਹੈ ਜਿਦੇ ਚ ਖੰਡ ਬ੍ਰਹਮੰਡ ਸਮਾ ਸਕਦੇ ਨੇ ਇਹ ਖਲੀਲ ਜ਼ਬਰਾਨ ਦਾ ਜਵਾਬ ਹੈ ਤੇ ਆ ਕਰਤਾਰਪੁਰ ਦੀ ਧਰਤੀ ਇੱਥੇ ਗੁਰੂ ਨਾਨਕ ਸਾਹਿਬ ਨੂੰ ਇਹ ਸਵਾਲ ਭਾਈ ਪਿਰਥਾ ਜੀ ਨੇ ਤੇ ਭਾਈ ਪੈੜ ਖੇੜਾ ਜੀ ਨੇ ਕੀਤਾ ਉਹਨਾਂ ਨੇ ਕਿਹਾ ਇਹ ਜਿਹੜਾ ਖਲੀਲ ਜ਼ਬਰਾਨ ਦੀ ਗੱਲ ਚੱਲ ਰਹੀ ਹੈ ਖਲੀਲ ਜ਼ਬਰਾਨ ਤੇ ਕਹਿ ਰਿਹਾ ਹੈ ਕਿ ਪ੍ਰਮਾਤਮਾ ਇੰਨਾ ਵੱਡਾ ਹਿਰਦਾ ਹੈ ਜਿਦੇ ਵਿੱਚ ਸਾਰੇ ਹਿਰਦੇ ਸਮਾ ਸਕਦੇ ਨੇ ਗਾਰਡਨ ਆਫ ਪ੍ਰੋਫਿਟ ਦੇ ਵਿੱਚ ਖਲੀਲ ਜ਼ਬਰਾਨ ਲਿਖਦਾ ਗੁਰਨਾਨਕ ਸੱਚੇ ਪਾਤਸ਼ਾਹ ਨੂੰ ਇਹ ਸਵਾਲ ਭਾਈ ਪਿਰਥਾ ਜੀ ਕਰ ਰਹੇ ਨੇ ਕਹਿੰਦੇ ਨੇ ਪਾਤਸ਼ਾਹ ਹੁਣ ਤੇਰੇ ਤੋਂ ਬਿਨਾ ਦਿਲ ਨਹੀਂ ਲੱਗਦਾ ਪਾਤਸ਼ਾਹ ਹੁਣ ਤੇਰੇ ਤੋਂ ਬਿਨਾ ਬਿਲਕੁਲ ਦਿਲ ਨਹੀਂ ਲੱਗਦਾ ਦਿਲ ਕਰਦਾ ਹੈ ਗੁਰਨਾਨਕ ਪਾਤਸ਼ਾਹ ਹਮੇਸ਼ਾ ਤੈਨੂੰ ਤੱਕਦੇ ਰਹੀਏ ਤੇ ਦੱਸ ਕੋਈ ਤਰੀਕਾ ਦੱਸ ਕਿ ਤੇਰੇ ਨਾਲੋਂ ਵਿਛੋੜਾ ਨਾ ਪਵੇ ਤੇ ਗੁਰਨਾਨਕ ਸਾਹਿਬ ਨੇ ਜਿਹੜਾ ਜਵਾਬ ਦਿੱਤਾ ਹੈ ਗੁਰੂ ਨਾਨਕ ਸਾਹਿਬ ਨੇ ਕਿਹਾ ਸ਼ਬਦ ਮੇਰਾ ਰਿਧਾ ਹੈ ਹੁਣ ਸਮਾਉਣਾ ਕਿੱਦੇ ਚ ਖਲੀਲ ਜਪਰਾਨ ਇਹ ਤਾਂ ਕਹਿ ਦਿੱਤਾ ਕਿ ਪ੍ਰਮਾਤਮਾ ਦਾ ਹਿਰਦਾ ਬੜਾ ਵੱਡਾ ਹੈ ਕਈ ਹਿਰਦੇ ਸਮਾ ਸਕਦੇ ਨੇ ਗੁਰੂ ਸਾਨੂੰ ਵਿਧੀ ਦੱਸ ਰਿਹਾ ਕਿ ਸਮਾਉਣਾ ਕਿੱਥੇ ਹੈ ਗੁਰੂ ਨਾਨਕ ਸਾਹਿਬ ਨੇ ਕਿਹਾ ਸ਼ਬਦ ਮੇਰਾ ਰਿਧਾ ਹੈ ਸ਼ਬਦ ਦੇ ਨਾਲ ਜੁੜ ਜਾਵੋਗੇ ਅਕਾਲ ਦੇ ਵਿੱਚ ਸਮਾਜ ਜਾਵੋਗੇ ਤੇ ਜੇ ਮੇਰੇ ਸਰੀਰ ਦੇ ਨਾਲ ਜੁੜੋਗੇ ਤੇ ਹਮੇਸ਼ਾ ਹੀ ਵਿਛੋੜਾ ਰਹੇਗਾ ਤੇ ਸੋ ਜੇ ਗੁਰੂ ਦੇ ਨਾਲ ਮਲਾਪ ਕਰਨਾ ਹੈ ਗੁਰੂ ਦੇ ਵਿੱਚ ਸਮਾਉਣਾ ਹੈ ਤੇ ਗੁਰੂ ਦਾ ਰਿਧਾ ਕੀ ਹੈ ਸ਼ਬਦ ਤੇ ਅਸੀਂ ਰੋਜ਼ ਪੜ੍ਹਦੇ ਵੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਹਮਣੇ ਖਲੋ ਕੇ ਕੀ ਪੜ੍ਹਦੇ ਆ ਜੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਕਿਉਂਕਿ ਸ਼ਬਦ ਰਿਧਾ ਹੈ ਜਿੰਨੇ ਖੋਜਣਾ ਹੈ ਉਹਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਖੋਜਣਾ ਹੈ ਤੇ ਜੇਕਰ ਸਾਨੂੰ ਇਹ ਪਤਾ ਲੱਗ ਜਾਵੇ ਕਿ ਸ਼ਬਦ ਰਿਧਾ ਹੈ ਤੇ ਫਿਰ ਉਸ ਸ਼ਬਦ ਦੀ ਖੋਜ ਦੇ ਸਦਕਾ ਹੈ ਜਿਹਨੂੰ ਮੈਂ ਪਹਿਲੀ ਗੱਲ ਸ਼ੁਰੂ ਕੀਤੀ ਸੀ ਕਿ ਗੁਰਮਤ ਸਤਕਰ ਸਿੰਬਲ ਸਫਲ ਪਏ ਗੁਰਮਤ ਸਤਕਰ ਬਾਸ ਵਿੱਚ ਗੰਧ ਹੈ ਗੁਰਮਤ ਸਤਕਰ ਕਾਲਕੂਟ ਅੰਮ੍ਰਿਤ ਭਏ ਗੁਰਮਤ ਸਤ ਕਰ ਪਰਖਤ ਅੰਧ ਹੈ ਜੇਕਰ ਤੁਹਾਡੇ ਕੋਲ ਆਪਣੇ ਇਤਿਹਾਸ ਗੁਰਮਤ ਫਲਸਫਾ ਗੁਰਬਾਣੀ ਵਿਚਾਰਧਾਰਾ ਦਾ ਚਾਨਣ ਹੋਵੇਗਾ ਤਾਂ ਤੁਸੀਂ ਬਾਸ ਵਰਗੇ ਬਿਲਕੁਲ ਨਿਰਗਦਾਂ ਜਿਹੜਾ ਜੀਵਨ ਹੈ ਉਹਨੂੰ ਵੀ ਸੁਗੰਧਿਤ ਕਰ ਸਕੋਗੇ ਜਿਹੜੇ ਵਿਦਿਆਰਥੀ ਤੁਹਾਡੇ ਕੋਲ ਆਉਣੇ ਨੇ ਕਿਉਂਕਿ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਕਿ ਜੇਕਰ ਉਸਤਾਦ ਕਾਬਲ ਹੈ ਤਾਂ ਕੁੱਗੂ ਸੁਜ ਸਦਾਏ ਦਾ ਸ਼ੰਖ ਮੋਤੀ ਚੂਰਾ ਇਹ ਅਗਲੀ ਲਾਈਨ ਐਸੇ ਸ਼ਬਦ ਦੀ ਕੁਗੂ ਸੁੱਜ ਸਿਧਾਏ ਦਾ ਇਹ ਵੈਸੇ ਕਈ ਸ਼ਬਦਾਵਲੀਆਂ ਹੌਲੀ-ਹੌਲੀ ਸਾਡੀਆਂ ਜਿਹੜੀਆਂ ਨੇ ਇਹ ਬਦਲਦੀਆਂ ਜਾਂਦੀਆਂ ਨੇ ਪਹਿਲਾਂ ਅਸੀਂ ਆਮ ਹੀ ਕਹਿ ਸਕਦੇ ਹੁੰਦੇ ਸੀ ਬੱਚਾ ਕਲਾਸ ਦੇ ਵਿੱਚ ਡੋਨ ਵੱਟਾ ਜਾ ਬਣ ਕੇ ਬੈਠਾ ਰਹੇ ਕੋਈ ਗੱਲ ਨਾ ਕਰੇ ਸੀ ਕਹਿੰਦੇ ਇਹ ਤਾਂ ਕੋ ਗੂਜਾ ਬਣ ਕੇ ਬੈਠਾ ਹੈ ਤੇ ਜਿਹੜਾ ਕੁਛ ਨਾ ਬੋਲੇ ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਜੇਕਰ ਗੁਰੂ ਦੀ ਕਿਰਪਾ ਹੋ ਜਾਵੇ ਤੇ ਕੁਗੂ ਸੁੱਜ ਸਿਧਾਏ ਦਾ ਜਿਹੜਾ ਬਿਲਕੁਲ ਮੂਰਖ ਮੱਤ ਵਾਲਾ ਵੀ ਹੈ ਨਾ ਉਹ ਵੀ ਸ਼ੰਖ ਮੋਤੀ ਚੂਰਾ ਆਮ ਚੂਰੇ ਨੂੰ ਆਮ ਜਿਹੜੀਆਂ ਸਿੱਪੀਆਂ ਨੇ ਗੁਰੂ ਪਾਤਸ਼ਾਹ ਉਹਨਾਂ ਨੂੰ ਮੋਤੀ ਵਰਗਾ ਕਰ ਦਿੰਦਾ ਹੈ ਤੇ ਹੁਣ ਮੋਤੀ ਜਿਹੜਾ ਉਹਦੇ 'ਚ ਤੇ ਪੱਥਰ 'ਚ ਅੰਤਰ ਕੀ ਹੈ ਇੱਕ ਥਾਂ ਤੇ ਸ਼ੇਖ ਸਾਦੀ ਨੂੰ ਕਿਸੇ ਨੇ ਸਵਾਲ ਕੀਤਾ ਸੀ ਇਹ ਗੱਲ ਤਾਂ ਭਾਈ ਸਾਹਿਬ ਭਾਈ ਗੁਰਦਾਸ ਕਹਿ ਰਹੇ ਨਾ ਕੁੱਗੂ ਸੁਝ ਸਦਾਏ ਦਾ ਸ਼ੰਖ ਮੋਤੀ ਚੂਰਾ ਤੇ ਸ਼ੇਖ ਸਾਦੀ ਨੂੰ ਕਿਸੇ ਨੇ ਸਵਾਲ ਕੀਤਾ ਸੀ ਕਿ ਪੱਥਰ ਦੇ ਵਿੱਚ ਸੋਨੇ 'ਚ ਮੋਤੀ 'ਚ ਅੰਤਰ ਕੀ ਹੈ ਤੇ ਸਭ ਧਾਤ ਜ਼ਮੀਨ 'ਚੋਂ ਨਿਕਲ ਰਹੀ ਹੈ ਤਾਂ ਉਸਨੇ ਕਿਹਾ ਸੀ ਸੰਗੇ ਬਦ ਗਰ ਗੋਹਰ ਕਾਸਾਂ 에 ਜ਼ਰੀ ਸ਼ਕੰਦ ਕਹਿੰਦਾ ਇੱਕੋ ਹੀ ਅੰਤਰ ਹੈ ਕਿ ਪੱਥਰ ਦੇ ਨਾਲ ਤੁਸੀਂ ਮੋਤੀ ਨੂੰ ਤੋੜ ਦਵੋ ਜਾਂ ਕਾਸਾਂ 에 ਜ਼ਰੀ ਜ਼ਰੀ ਕਹਿੰਦੇ ਨੇ ਸੋਨੇ ਨੂੰ ਪਹਿਲਾਂ ਬੀਬੀਆਂ ਕਢਾਈ ਕਰਾਉਂਦੀਆਂ ਹੁੰਦੀ ਸੀ ਕਹਿੰਦੇ ਜ਼ਰੀ ਦਾ ਸੂਟ ਆ ਉਹ ਸੋਨੇ ਦੀਆਂ ਤਾਰਾਂ ਦੀ ਕਢਾਈ ਹੁੰਦੀ ਸੀ ਇਸ ਕਰਕੇ ਜ਼ਾਰ ਸ਼ਬਦ ਸੋਨੇ ਨੂੰ ਕਿਹਾ ਜਾਂਦਾ ਹੈ ਜ਼ਰੀ ਕਾਸਾਂ 에 ਜ਼ਰੀ ਸ਼ਕੰਦ ਕਹਿੰਦਾ ਫਰਕ ਇਹ ਹੈ ਕਿ ਪੱਥਰ ਦੇ ਨਾਲ ਮੋਤੀ ਨੂੰ ਤੋੜ ਦਵੋ ਜਾਂ ਸੋਨੇ ਨੂੰ ਤੋੜ ਦਵੋ ਪੱਥਰ ਦਾ ਕੋਈ ਮੁੱਲ ਨਹੀਂ ਪੈਂਦਾ ਪਰ ਸੋਨਾ ਟੁੱਟਿਆ ਹੋਇਆ ਵੀ ਮੁੱਲवान ਹੈ ਸੋਨਾ ਟੁੱਟਿਆ ਹੋਇਆ ਵੀ ਮੁੱਲਵਾਨ ਹੈ ਮੋਤੀ ਟੁੱਟਿਆ ਹੋਇਆ ਵੀ ਮੁੱਲਵਾਨ ਹੈ ਪਰ ਪੱਥਰ ਸਬੂਤਾ ਵੀ ਬੁੱਲਵਾਨ ਨੇ ਇਹ ਗੱਲ ਸ਼ੇਖ ਸਾਦੀ ਨੇ ਕਹੀ ਹੁਣ ਇੱਥੇ ਗੁਰੂ ਕੀ ਕਰਦਾ ਕੋ ਗੂ ਸੁੱਝ ਸਦਾਏ ਦਾ ਸ਼ੰਖ ਮੋਤੀ ਚੂਰਾ ਉਹ ਜਿਹੜੇ ਪੱਥਰ ਵਰਗੇ ਜੀਵਨ ਵਾਲੇ ਲੋਕ ਨੇ ਉਹਨਾਂ ਨੂੰ ਵੀ ਮੋਤੀਆਂ ਵਰਗਾ ਜੀਵਨ ਦੇ ਦਿੰਦਾ ਹੈ ਇੱਕ ਉਰਦੂ ਦੀ ਕਿਤਾਬ ਹੈ ਜਿਹੜੀ ਮੌਲਵੀ ਨੂਰ ਮੁਹੰਮਦ ਚਿਸ਼ਤੀ ਦੀ ਲਿਖੀ ਹੈ ਕਿਤਾਬ ਦਾ ਨਾਮ ਹੈ ਤਹਿਕੀਕਾਤ ਤੇ ਚਿਸ਼ਤੀ ਉਹਦੇ ਵਿੱਚ ਉਹਨਾਂ ਸੁਤਰਾ ਜੀ ਦੀ ਇੱਕ ਗੱਲ ਲਿਖੀ ਹੈ ਪਾਇ ਸੁਤਰਾਜੀ ਜਿਨ੍ਹਾਂ ਦੇ ਵਿੱਚੋਂ ਅੱਗੇ ਸੁਤਰਾ ਸ਼ਾਹੀ ਪਰੰਪਰਾ ਵੀ ਚੱਲੀ ਉਹ ਲਿਖਦੇ ਨੇ ਕਿ ਉਹਨਾਂ ਦਾ ਜਨਮ ਬਾਰਾਮੁਲਾ ਦੇ ਨੇੜੇ ਬਹਰਾਨਪੁਰਛ ਹੋਇਆ ਪਰਿਵਾਰ ਨੇ ਅਪਹਾਗਾ ਜਾਣ ਕੇ ਬਾਹਰ ਸੁੱਟ ਦਿੱਤਾ ਕਿ ਜੰਮਦੇ ਹੀ ਮੂੰਹ ਦੇ ਵਿੱਚ ਦੰਦ ਸੀ ਤੇ ਕਿਸੇ ਜੋਤਿਸ਼ੀ ਨੇ ਕਹਿ ਦਿੱਤਾ ਕਿ ਇਹ ਜਿਹੜਾ ਬੱਚਾ ਹੈ ਇਹ ਅਪਹਾਗਾ ਹੈ ਇਹ ਮਾਤਾ ਪਿਤਾ ਜਾਂ ਤੁਹਾਡੇ ਪਰਿਵਾਰ ਤੇ ਭਾਰੂ ਹੋਵੇਗਾ ਇਹਨੂੰ ਮਾਰ ਦੇਣ ਜਾਣ ਚਾਹੀਦਾ ਮਾਰਿਆ ਤੇ ਨਾ ਘਰ ਚੋਂ ਬਾਹਰ ਸੁੱਟ ਦਿੱਤਾ ਇਹ ਕੋਈ 1620 ਦੀ ਘਟਨਾ ਹੈ ਤੇ 6ਵੇਂ ਪਾਤਸ਼ਾਹ ਜਾ ਰਹੇ ਸੀ ਜਦੋਂ ਉਹਨਾਂ ਨੇ ਵੇਖਿਆ ਕਿ ਬੱਚਾ ਘਰ ਤੋਂ ਬਾਹਰ ਪਿਆਰ ਹੋ ਰਿਹਾ ਚੁੱਕ ਲਿਆ ਨਾਲ ਲੈ ਆਂਦਾ ਇਹਨਾਂ ਦੇ ਕੋਲ ਹੀ ਪਲਿਆ ਵੱਡਾ ਹੋਇਆ ਤੇ ਹੁਣ 6ਵੇਂ ਪਾਤਸ਼ਾਹ ਦੇ ਬਾਰੇ ਤੁਸੀਂ ਸਾਰੇ ਜਾਣਦੇ ਹੋ ਕਿ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੀਰੀ ਤੇ ਪੀਰੀ ਦੇ ਮਰਕਸ ਦੇ ਰੂਪ ਦੇ ਵਿੱਚ ਸੰਸਾਰ ਦੇ ਵਿੱਚ ਪ੍ਰਗਟ ਕਰਕੇ ਦੋ ਤਲਵਾਰਾਂ ਧਾਰਨ ਕੀਤੀਆਂ ਇਸੇ ਕਰਕੇ ਹੀ ਸੂਰ ਸਿੰਘ ਦੇ ਰਹਿਣ ਵਾਲੇ ਨੱਥਮਲ ਤੇ ਅਬਦੁੱਲਾ ਨੂੰ ਇਹ ਵਾਰ ਲਿਖਣੀ ਪਈ ਸੀ ਦੋ ਤਲਵਾਰੀ ਬਧੀਆਂ ਇੱਕ ਮੀਰ ਦੀ ਇੱਕ ਪੀਰ ਦੀ ਇੱਕ ਅਜ਼ਮਤ ਦੀ ਇੱਕ ਰਾਜ਼ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਹਿੰਮਤ ਬਾਹਾਂ ਕੋਟਗੜ ਦਰਵਾਜਾ ਬਲਖ ਬਖੀਰ ਦੀ ਨਾਲ ਸਿਪਾਹੀ ਨੀਲ ਨਾਲ ਮਾਰ ਦੁਸ਼ਟਾਂ ਕਰੇ ਤਾਕੀਰ ਦੀ ਪੱਗ ਤੇਰੀ ਕੀ ਚਾਹਗイール ਦੀ ਇਹ ਵਾਰ ਉਹਨਾਂ ਨੂੰ ਲਿਖਣੀ ਪਈ ਸੀ ਹੁਣ ਉਹ ਗੁਰੂ ਪਾਤਸ਼ਾਹ ਜਦੋਂ ਮੈਦਾਨੇ ਜੰਗ ਚ ਜੂਸ ਦੇ ਵੀ ਨੇ ਵੈਸੇ ਤਾਂ ਮੁਹਸਨ ਫਾਨੀ ਜਿਸ ਦੀ ਕਿਤਾਬ ਦਬਸਤਾਨੇ ਮਜ਼ਾਹਿਬ ਹੈ ਉਸ ਦਾ ਪੂਰਾ ਨਾਮ ਮੁਹੰਮਦ ਅਰਦਸਤਾਨੀ ਸੀ ਉਹ ਇੱਕ ਗੱਲ ਬੜੀ ਕਮਾਲ ਦੀ ਲਿਖਦਾ ਹੈ ਕਹਿੰਦਾ ਮੈਂ ਛੇਵੇਂ ਪਾਤਸ਼ਾਹ ਨੂੰ ਹਰ ਜੰਗ ਦੇ ਵਿੱਚ ਲੜਦੇ ਵੇਖਿਆ ਪਰ ਉਹਨਾਂ ਦੇ ਚਿਹਰੇ ਤੇ ਗੁੱਸਾ ਕਦੀ ਨਹੀਂ ਵੇਖਿਆ ਕਹਿੰਦਾ ਮੈਂ ਹੈਰਾਨ ਰਹਿ ਗਿਆ ਜਦੋਂ ਮੈਦਾਨੇ ਜੰਗ 'ਚ ਕਾਲੇਖਾਨ ਉਹਨਾਂ ਦੇ ਸਾਹਮਣੇ ਆਇਆ ਤੇ ਕਹਿੰਦਾ ਮੈਂ ਤਾਂ ਇੰਨਾ ਹੈਰਾਨ ਹੋਇਆ ਕਿ ਪਾਤਸ਼ਾਹ ਕਹਿ ਰਹੇ ਨੇ ਕਾਲੇਖਾਨ ਨੂੰ ਕਾਲੇਖਾਨ ਵਾਰ ਕਰ ਕਹਿੰਦਾ ਕਾਲੇਖਾਨ ਨੇ ਵਾਰ ਕੀਤਾ ਪਾਤਸ਼ਾਹ ਨੇ ਤਲਵਾਰ ਤੇ ਰੋਕ ਲਿਆ ਕਹਿੰਦਾ ਹੁਣ ਜੁੱਧ ਦੀ ਨੀਤੀ ਦੇ ਮੁਤਾਬਕ ਗੁਰੂ ਦੀ ਵਾਰੀ ਸੀ ਵਾਰ ਕਰਨਾ ਤੇ ਗੁਰੂ ਪਾਤਸ਼ਾਹ ਕਹਿ ਰਹੇ ਨੇ ਕਾਲੇ ਖਾਨ ਤੂੰ ਫਿਰ ਵੀ ਮੇਰਾ ਤਾਲਬ ਹੈ ਮੇਰਾ ਵਿਦਿਆਰਥੀ ਇੱਕ ਵਾਰ ਹੋਰ ਕਰ ਦੂਜਾ ਵਾਰ ਕੀਤਾ ਪਾਤਸ਼ਾਹ ਨੇ ਫਿਰ ਡੱਕ ਲਿਆ ਹੁਣ ਕਾਲੇ ਖਾਨ ਨੂੰ ਪਤਾ ਸੀ ਕਿ ਤੀਜੀ ਵਾਰ ਦੀ ਇਜਾਜ਼ਤ ਨਹੀਂ ਮਿਲਣੀ ਹੁਣ ਤਾਂ ਗੁਰੂ ਦੀ ਵਾਰੀ ਹੈ ਕਹਿੰਦੇ ਪੂਰਾ ਕੰਬ ਰਿਆ ਸੀ ਤਰੇਲੀਓ ਤਰੇਲੀ ਹੋ ਗਿਆ ਤੇ ਮੇਰਾ ਗੁਰੂ ਮੁਸਕਰਾ ਕੇ ਫਿਰ ਕਹਿੰਦਾ ਕਾਲੇ ਖਾਨ ਇੱਕ ਵਾਰ ਹੋਰ ਕਰ ਲੈ ਤੀਜਾ ਵਾਰ ਵੀ ਕੀਤਾ ਪਾਤਸ਼ਾਹ ਨੇ ਉਹ ਵੀ ਕਰ ਚਰ ਲਿਆ ਤੇ ਜਦੋਂ ਚੌਥਾ ਵਾਰ ਗੁਰੂ ਪਾਤਸ਼ਾਹ ਨੇ ਕਹਿੰਦਾ ਮੁਹੰਮਦ ਅਰਦਸਤਾਨੀ ਲਿਖਦਾ ਕਹਿੰਦਾ ਗੁਰੂ ਪਾਤਸ਼ਾਹ ਨੇ ਮੁਖਾਰ ਬਿੰਦ ਚੋਂ ਬੜੇ ਮੁਸਕਰਾ ਕੇ ਇੱਕ ਗੱਲ ਕਹੀ ਜਦਨ ਈ ਦੇਸਤ ਬੱਲੋ ਜਦਨ ਈ ਅਸਤ ਫਾਰਸੀ ਦੇ ਸ਼ਬਦ ਉਹ ਪੁੱਤਰਾ ਵਾਰ ਇੰਜ ਨਹੀਂ ਵਾਰ ਇੰਜ ਕਰੀਦਾ ਤੇ ਕਹਿੰਦਾ ਦੋ ਹਿੱਸੇ ਕਰਕੇ ਜ਼ਮੀਨ ਤੇ ਸੁੱਟ ਦਿੱਤਾ ਕਹਿੰਦਾ ਮੈਂ ਵੇਖਿਆ ਕਿ ਮੈਦਾਨੇ ਜੰਗ ਦੇ ਵਿੱਚ ਮੈਨੂੰ ਇੰਜ ਲੱਗਦਾ ਸੀ ਗੁਰੂ ਵਿੱਦਿਆ ਦੇ ਰਿਹਾ ਹੋਵੇ ਗੁਰੂ ਜੰਗੀ ਨੁਕਤੇ ਸਮਝਾ ਰਿਹਾ ਹੋਵੇ ਬਾਕੀ ਨੂੰ ਕਿ ਪੁੱਤਰਾ ਬੱਲਿਆ ਵਾਰ ਲਿਓ ਜਦਨ ਈ ਅਸਤ ਇਸ ਤਰ੍ਹਾਂ ਵਾਰ ਕਰਨਾ ਹੈ ਜਦਨ ਇਹ ਨੇਸਤ ਵੱਲੋਂ ਇੰਜ ਨਹੀਂ ਕਰਨਾ ਕਹਿੰਦਾ ਮੈਨੂੰ ਤੇ ਇੰਜ ਲੱਗਦਾ ਸੀ ਕਿ ਗੁਰੂ ਮੈਦਾਨੇ ਜੰਗ ਦੇ ਵਿੱਚ ਵੀ ਸਿੱਖਿਆ ਦੇ ਰਿਹਾ ਤੇ ਅਗਲੀ ਗੱਲ ਜਿਹੜੀ ਭਾਈ ਸਾਹਿਬ ਪਾਈ ਗੁਰਦਾਸ ਦੀ ਮੈਂ ਗੱਲ ਕਰ ਰਿਹਾ ਸੀ ਕੁੱਗੂ ਸੁਝ ਸਦਾਏ ਦਾ ਜਿਹੜੇ ਇੱਥੋਂ ਦੇ ਬ੍ਰਾਹਮਣ ਲੋਕ ਸੀ ਨਾ ਉਹਨਾਂ ਨੂੰ ਬੜਾ ਗੁੱਸਾ ਲੱਗਾ ਕਿ ਗੁਰਨਾਨਕ ਸਾਹਿਬ ਦੀ ਗੱਦੀ ਦੇ ਵਾਰਸ ਤੇ ਦੋ ਤਲਵਾਰਾਂ ਧਾਰਨ ਕਰਕੇ ਬੈਠ ਗਏ ਨੇ ਇਸੇ ਕਰਕੇ ਕਈ ਲਿਖਾਰੀਆਂ ਨੇ ਇੱਥੋਂ ਤੱਕ ਕਿ ਜਾਦੂਨਾਥ ਸਰਕਾਰ ਵੀ ਇਹ ਗੱਲ ਲਿਖ ਜਾਂਦਾ ਉਹ ਕਹਿੰਦਾ ਹੈ ਕਿ ਗੁਰਨਾਨਕ ਸਾਹਿਬ ਦੀ ਆਤਮਿਕ ਨਿਰਮਲਤਾ ਦਾ ਚਸ਼ਮਾ 6ਵੇਂ ਪਾਸ਼ਾ ਦੇ ਸਮੇਂ ਮੈਦਾਨੇ ਜੰਗ ਦੇ ਵਿੱਚ ਆ ਕੇ ਸੁੱਕ ਗਿਆ ਪਰ ਇੰਜ ਨਹੀਂ ਹੋਇਆ ਇੱਕ ਤੁਲਸੀਦਾਸ ਨਾਮ ਦਾ ਪੰਡਿਤ ਜੀ ਦਾ ਇਤਿਹਾਸਕਾਰਾਂ ਨੇ ਨਾਮ ਤੁਲਸੀਦਾਸ ਲਿਖਿਆ ਹੈ ਉਹ ਗੁਰੂ ਪਾਸ਼ਾ ਦੇ ਕੋਲ ਆਇਆ ਤੇ ਗੁਰੂ ਪਾਸ਼ਾ ਦੇ ਨਾਲ ਸਵਾਲ ਤੇ ਜਵਾਬ ਕਰਨੇ ਚਾਹੇ ਚਰਚਾ ਕਰਨੀ ਚਾਹੀ ਵਾਰਤਾ ਲਾਪ ਕਰਨੀ ਚਾਹੀ ਵਿਸ਼ਾ ਕੀ ਸੀ ਤੁਸੀਂ ਤਲਵਾਰਾਂ ਕਿਉਂ ਧਾਰਨ ਕੀਤੀਆਂ ਨੇ ਬਾਰ ਬਾਰ ਸਵਾਲ ਕਰ ਰਿਹਾ ਹੈ ਤੇ ਉਹੀ ਜਿਹੜਾ ਅਪਾਗਾ ਜਿਹਾ ਬੱਚਾ ਗੁਰੂ ਸਾਹਿਬ ਚੁੱਕ ਕੇ ਲੈ ਕੇ ਆਏ ਸੀ ਉਹ ਹੁਣ ਥੋੜਾ ਵੱਡਾ ਹੋ ਚੁੱਕਾ ਹੈ ਗੁਰੂ ਪਾਤਸ਼ਾਹ ਦੀ ਪਿੱਠ ਦੇ ਪਿੱਛੇ ਉਹ ਬੈਠਾ ਹੈ ਵਿਚਕਾਰ ਗੁਰੂ ਸਾਹਿਬ ਬੈਠੇ ਨੇ ਸਾਹਮਣੇ ਤੁਲਸੀ ਪੰਡਤ ਬੈਠਾ ਹੈ ਤੁਲਸੀ ਪੰਡਤ ਬਾਰ ਬਾਰ ਸਵਾਲ ਕਰਦਾ ਹੈ ਤੁਸੀਂ ਤਲਵਾਰਾਂ ਕਿਉਂ ਧਾਰਨ ਕੀਤੀਆਂ ਨੇ ਤੇ ਉਹ ਜਿਹੜਾ ਪਿੱਛੇ ਬੱਚਾ ਹੈ ਨਾ ਉਹ ਪੰਡਤ ਨੂੰ ਜ਼ੁਬਾਨ ਕੱਢਦਾ ਹੈ ਪੰਡਤ ਮੱਥੇ ਤੇ ਤਿਉੜੀ ਲਿਆਉਂਦਾ ਹੈ ਉਹ ਜਦੋਂ ਫਿਰ ਸਵਾਲ ਕਰਦਾ ਹੈ ਪਾਤਸ਼ਾਹ ਮੈਂ ਤੁਹਾਨੂੰ ਸਵਾਲ ਕਰ ਰਿਹਾ ਹਾਂ ਤੁਸੀਂ ਤਲਵਾਰਾਂ ਧਾਰਨ ਕਿਉਂ ਕੀਤੀਆਂ ਤੇ ਉਹ ਜਿਹੜਾ ਪਿੱਛੇ ਸੁਥਰਾ ਸ਼ਾਹ ਆ ਉਹਨੂੰ ਇਹ ਤਰ੍ਹਾਂ-ਇਹ ਤਰ੍ਹਾਂ ਕਰਦਾ ਹੈ ਪੰਡਤ ਮਰਥੇ ਤੇ ਤਿਉੜੀ ਲਿਆਉਂਦਾ ਜਦੋਂ ਤੀਜੀ ਵਾਰੀ ਇੰਜ ਕਰਦਾ ਹੈ ਨਾ ਤੇ ਕਹਿੰਦਾ ਆਹ ਜਿਹੜੇ ਤੁਸੀਂ ਸਿੱਖ ਬਿਠਾਏ ਨੇ ਮੇਰਾ ਜੀ ਕਰਦਾ ਡੰਡਾ ਮਾਰ ਕੇ ਸਿਰ ਪਾੜ ਦਵਾ ਇਹਨਾਂ ਦਾ ਪਾਦਸ਼ਾਹ ਕਹਿੰਦੇ ਤਾਂ ਹੀ ਚੁੱਕੀਆਂ ਜੀ ਜੇ ਤੈਨੂੰ ਥੋੜਾ ਜਿਹਾ ਮੂੰਹ ਚੜਾਉਣ ਦੇ ਉੱਪਰ ਇਹਨਾਂ ਗੁੱਸਾ ਆ ਗਿਆ ਤੇ ਸੱਚ ਜਾਣੀ ਜਿਹਦੇ ਪਿਤਾ ਨੇ ਤਤੀ ਤਵੀ ਤੇ ਬੈਠ ਕੇ ਸ਼ਹਾਦਤ ਦਿੱਤੀ ਹੈ ਕੀ ਉਹ ਤੇਗ ਨਹੀਂ ਚੁਕੇਗਾ ਆਹੀ ਜਵਾਬ ਹੀ ਇਹ ਸੁਥਰੇ ਸ਼ਾਹ ਸੀ ਜਿਹਨੂੰ ਉਪਹਾਗਾ ਜਾਣ ਕੇ ਬਾਹਰ ਛੁੱਟਿਆ ਸੀ ਤੇ ਉਹਨੇ ਆਪਣੀ ਰਮਸ ਦੇ ਵਿੱਚ ਇੰਨੀ ਵੱਡੀ ਗੱਲ ਨੂੰ ਸਮਝਾ ਦਿੱਤਾ ਜਿਹਨੂੰ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਕੁੱਗੂ ਸੁੱਜ ਸਦਾਏ ਦਾ ਸ਼ੰਖ ਮੋਤੀ ਚੂਰਾ ਅਗਲੀ ਇਸ ਵਾਰ ਦੀ ਅੰਤਮ ਰਸਮ ਵਕਤ ਵੀ ਸਮਾਪਤ ਹੋ ਗਿਆ ਅੰਤਮ ਗੱਲ ਉਹ ਹੈ ਵੇਦਕ ਤੇਬੋਂ ਬਾਹਰਾ ਗੁਰ ਸ਼ਬਦ ਹਦੂਰਾ ਵੇਦਕ ਤੇਬ ਧਾਰਮਿਕ ਪੁਸਤਕਾਂ ਜਿਹੜੀ ਤੁਹਾਡੀ ਸਕੋਲੇਸਟਿਕ ਅਪਰੋਚ ਹੈ ਉਹਦੇ ਕੋ ਸਦਕਾ ਜੇਕਰ ਤੁਹਾਡੇ ਕੋ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਸੀ ਅਕੈਡਮਿਕ ਤੇ ਸੋਲ ਪਰਸੈਪਸ਼ਨ ਜੇਕਰ ਅਕੈਡਮਿਕ ਅਕਾਦਮਿਕ ਗਿਆਨ ਦੇ ਨਾਲ-ਨਾਲ ਸਾਡੇ ਕੋਲ ਆਤਮਿਕ ਗਿਆਨ ਵੀ ਹੋਵੇ ਤੇ ਜਿਹੜੀ ਤੁਹਾਡੀ ਉਹ ਅਪਰੋਚ ਹੋਵੇਗੀ ਨਾ ਉਹ ਮਨੁੱਖ ਦੀ ਜ਼ਿੰਦਗੀ ਨੂੰ ਬਦਲ ਦਿੰਦੀ ਹੈ ਉਹਦੇ ਵਾਸਤੇ ਮੈਂ ਤੁਹਾਨੂੰ ਇੱਕ ਛੋਟੀ ਜੀ ਉਦਾਹਰਣ ਦਿੰਦਾ ਫਜ਼ੀਲ ਬਿਨ ਅਯਾਜ਼ ਇਹ ਬੜਾ ਮਸ਼ਹੂਰ ਡਾਕੂ ਹੋਇਆ ਹੈ ਇੰਨਾ ਮਸ਼ਹੂਰ ਡਾਕੂ ਕਿ ਕਿਸੇ ਸਮੇਂ ਜਦੋਂ ਕਾਫਲੇ ਲੰਘਿਆ ਕਰਦੇ ਸੀ ਤਾਂ ਉਸ ਸਮੇਂ ਇਰਾਕ ਦੇ ਲੋਕੀ ਕਹਿੰਦੇ ਸੀਗੇ ਕਿ ਹੁਣ ਦਿਨੇ-ਦਿਨੇ ਕਾਫਲਾ ਪਾਰ ਕਰ ਲਵੋ ਅੱਗੇ ਫਜ਼ੀਲ ਦਾ ਇਲਾਕਾ ਆ ਗਿਆ ਫਜ਼ੀਲ ਬਿਨ ਅਯਾਦ ਦਾ ਇਲਾਕਾ ਆ ਗਿਆ ਉਹ ਲੁੱਟ ਲਵੇਗਾ ਇਤੋਂ ਡਰਦੇ ਕਾਫਲੇ ਅੰਗ ਰੱਖਿਅਕ ਰੱਖ ਕੇ ਲੰਘਦੇ ਸੀ ਇੱਕ ਦਿਨ ਇੰਨੇ ਕਾਫਲੇ ਨੂੰ ਲੁੱਟਿਆ ਤੇ ਜਦੋਂ ਕਾਫਲੇ ਨੂੰ ਲੁੱਟ ਰਿਆ ਸੀ ਮੁਸਾਫਰਾਂ ਨੂੰ ਉਹ ਜਿਹੜਾ ਕਾਰਵਾ ਜਾ ਰਿਹਾ ਸੀ ਉਹਦੇ ਮੁਸਾਫਰਾਂ ਦੀ ਕਟਾਵੱਡੀ ਕਰ ਰਿਹਾ ਸੀ ਤਾਂ ਇੱਕ ਬਜ਼ੁਰਗ ਦੇ ਸਾਹਮਣੇ ਬੈਠਾ ਜਿਹਨੂੰ ਇਹ ਕਤਲ ਕਰਨ ਲੱਗਾ ਕਹਿੰਦਾ ਫਜ਼ੀਲ ਮੈਨੂੰ ਪਤਾ ਹੈ ਤੂੰ ਮੈਨੂੰ ਕਤਲ ਕਰਨ ਦੇਣਾ ਕਹਿੰਦਾ ਹਾਂ ਬਿਲਕੁਲ ਮੈਂ ਤੈਨੂੰ ਲੁੱਟਣਾ ਵੀ ਹੈ ਕਤਲ ਵੀ ਕਰ ਦੇਣਾ ਪਰ ਇੱਕ ਮੇਰੀ ਆਖਰੀ ਇੱਛਾ ਪੂਰੀ ਕਰੇਗਾ ਕਹਿੰਦਾ ਹਾਂ ਕਹਿੰਦਾ ਮੈਨੂੰ ਇੱਕ ਵਾਰੀ ਆਪਣੇ ਮੁਕੱਦਸ ਕੁਰਾਨ ਸ਼ਰੀਫ ਦੇ ਦਰਸ਼ਨ ਕਰ ਲੈਣ ਦੇ ਕਹਿੰਦਾ ਠੀਕ ਹੈ ਉਹਨੇ ਆਪਣੇ ਬਗਲ ਚੋਂ ਕੁਰਾਨ ਸ਼ਰੀਫ ਕੱਢੀ ਉਹ ਖੋਲੀ ਤੇ ਕਹਿੰਦਾ ਮੈਨੂੰ ਇੱਕ ਆਇਤ ਪੜ੍ਹ ਲੈਣ ਦੇ ਕਹਿੰਦਾ ਪੜ੍ਹ ਲੈ ਉਹਨੇ ਆਇਤ ਪੜ੍ਹੀ ਤੇ ਆਇਤ ਦੇ ਅਰਥ ਸੀ ਐ ਮਨੁੱਖ ਇੰਨੇ ਗੁਨਾਹ ਕਰਕੇ ਵੀ ਅਜੇ ਵੀ ਤੂੰ ਤੌਬਾ ਕਰਨ ਨੂੰ ਤਿਆਰ ਨਹੀਂ ਹੁਣ ਫਜ਼ੀਲ ਦੇ ਕੋਲ ਕਿਰਪਾਨ ਨਾ ਚੁੱਕੀ ਗਈ ਉਸੇ ਦਿਨੀ ਤਲਵਾਰ ਸੁੱਟ ਦਿੱਤੀ ਤੇ ਆਪ ਉੱਥੇ ਕੁਟਿਆ ਦੇ ਵਿੱਚ ਬੈਠ ਗਿਆ ਕੁਝ ਦਿਨਾਂ ਬਾਅਦ ਇੱਕ ਫਿਰ ਕਾਫਲਾ ਲੰਘ ਰਿਹਾ ਸੀ ਕਾਫਲੇ ਦਾ ਸਰਦਾਰ ਬੜੀ ਉੱਚੀ ਆਵਾਜ਼ ਚ ਕਹਿੰਦਾ ਕਹਿੰਦਾ ਮੇਰੇ ਕਾਰਵਾਂ ਦੇ ਲੋਕੋ ਫਜ਼ੀਲ ਦਾ ਇਲਾਕਾ ਆ ਗਿਆ ਜੇ ਆਪਣਾ ਰਸਤਾ ਬਦਲ ਲਓ ਤੇ ਅੱਗੋਂ ਫਜ਼ੀਲ ਜਿਹੜਾ ਉਹ ਆਪਣੀ ਝੁੱਗੀ ਚੋਂ ਆਵਾਜ਼ ਦਿੰਦਾ ਕਹਿੰਦਾ ਕਾਫਲੇ ਨੂੰ ਲੰਘ ਜਾਣ ਦਿਓ ਹੁਣ ਫਜ਼ੀਲ ਨੇ ਆਪਣਾ ਰਸਤਾ ਬਦਲ ਲਿਆ ਇਹੀ ਜੇ ਤੁਹਾਡੇ ਕੋਲ ਜੇ ਤੁਸੀਂ ਬੱਚਿਆਂ ਦੀ ਜ਼ਿੰਦਗੀ ਬਦਲ ਦੇਵੋਗੇ ਉਹਦੀ ਕਾਦੇ ਨਾਲ ਬਦਲੀ ਉਹ ਤੁਹਾਡੇ ਸਾਹਮਣੇ ਨੇ ਗੁਰਮਤ ਸਤ ਕਰ ਗੁਰੂ ਦੀ ਮਤ ਨੂੰ ਸਤ ਕਰਕੇ ਮੰਨਣ ਦੇ ਨਾਲ ਤੁਸੀਂ ਆਪਣੇ ਵਿਦਿਆਰਥੀਆਂ ਦੀ ਆਪਣੇ ਤਾਲਿਬ ਜਿਹੜੇ ਨੇ ਉਹਨਾਂ ਦੀ ਜ਼ਿੰਦਗੀ ਨੂੰ ਬਦਲ ਸਕਦੇ ਹੋ ਇੰਨੀ ਇੱਕ ਬੇਨਤੀਆਂ ਪ੍ਰਵਾਨ ਕੋਈ ਰਸਨਾ ਵਾਂਝੀ ਨਾ ਰਹੇ ਫਤਿਹ ਦੀ ਸਾਂਝ ਗੱਜ ਕੇ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਨੂੰ ਖੁਸ਼ੀ ਹੈ ਕਿ ਇੱਕ ਸ਼ਗird ਗੁਰੂ ਤੋਂ ਪਰਦੀਪਦਵੀ ਤੇ ਪਹੁੰਚ ਗਿਆ ਜਦੋਂ ਬੱਚੇ ਵੱਡੇ ਹੋ ਜਾਂਦੇ ਨੇ ਤੇ ਮਾਪਿਓ ਨੂੰ ਇੱਕ ਖੁਸ਼ੀ ਹੁੰਦੀ ਹੈ ਕਿ ਬੱਚੇ ਸਾਡੇ ਤੋਂ ਹੋਰ ਉੱਪਰ ਇਹ ਖੁਸ਼ੀ ਇੱਕ ਟੀਚਰ ਤੋਂ ਚਲਕਦੀ ਹੈ ਇਹ ਖੁਸ਼ੀ ਤੁਸੀਂ ਰੋਜ਼ ਲੈਣੀ ਉਨ੍ਹਾਂ ਵਿੱਚੋਂ ਇਹ ਆਸ ਪੁਗਾਣੀ ਕਿ ਉਹ ਬੱਚੇ ਉਹ ਇੰੀਆਂ ਬੁਲੰਦੀਆਂ ਤੇ ਪਹੁੰਚਣ ਇੰਨੇ ਸਿਖਰਾਂ ਤੇ ਪਹੁੰਚਣ ਕਿ ਤੁਸੀਂ ਜੋ ਸੋਚਦੇ ਹੋ ਉਸ ਤੋਂ ਵੀ ਉੱਪਰ ਪਹੁੰਚ ਜਾ। ਮੈਂ ਡਾਕਟਰ ਸਾਹਿਬ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਤੇ ਇੱਕ ਸਨਮਾਨ ਚਿੰਨ ਪਿਆਰ ਦਾ ਪ੍ਰਗਟਾਵਾ ٹرسٹ ਵੱਲੋਂ ਇਹਨਾਂ ਨੂੰ ਵੇਟ ਕਰੀਏ ਫਤਿਹ ਦੀ ਸੰਜ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘ ਜੀ ਵੱਲੋਂ ਟਰਸਟੀ ਸਤਨਾਮ ਸਰਬਕਲਿਆਣ ਟਰਸਟ ਸੋ ਅਸੀਂ ਅੱਜ ਦੇ ਸਮਾਗਮ ਵਿੱਚ ਪਹੁੰਚਣ ਤੇ ਡਾਕਟਰ ਸੁਖਪ੍ਰੀਤ ਸਿੰਘ ਜੀ ਦਾ तहे ਦਿਲ ਤੋਂ ਧੰਨਵਾਦ ਕਰਦੇ ਹਾਂ ਕਿਉਂਕਿ ਬਹੁਤ ਜਿਵੇਂ ਸਾਨੂੰ ਉਹਨਾਂ ਦੇ ਰਾਤ ਉਹ ਜੰਮੂ ਕਸ਼ਮੀਰ ਸੰ ਕਿਸੇ ਡਾਕੂਮੈਂਟਰੀ ਦੇ ਸਬੰਧ ਵਿੱਚ ਗਏ ਸਨ ਤੇ ਉਹਨਾਂ ਨੇ ਡਾਕੂਮੈਂਟਰੀ ਬਣਾਈ ਉਪਰੰਤ ਜਨਰਲ ਜੋਰਾਵਰ ਸਿੰਘ ਤੇ ਔਰ ਹੁਣ ਪਿੱਛੇ ਜਹੀ ਭਾਈ ਮੱਖਣ ਸ਼ਾਹ ਜੀ ਜਿਨ੍ਹਾਂ ਨੂੰ ਆਮ ਤੌਰ ਤੇ ਅਸੀਂ ਮੱਖਣ ਸ਼ਾਹ ਲੁਬਾਣਾ ਕਹਿ ਕੇ ਯਾਦ ਕਰਦੇ ਆ ਸੋ ਉਹ ਡਾਕੂਮੈਂਟਰੀ ਬਿਲਕੁਲ ਤਿਆਰ ਬਰ ਤਿਆਰ ਹੈ ਸੋ ਅੱਜ ਦਾ ਇਹ ਸਮਾਗਮ ਇਹ ਲੈਕਚਰ ਉਹਨਾਂ ਦਾ ਜਿਹੜਾ ਸਿੱਖ ਚੈਨਲ ਯੂਕੇ ਵੱਲੋਂ ਜਿੱਥੇ ਪਹਿਲਾਂ ਵੀ ਬਹੁਤ ਸਾਰੇ ਉਹਨਾਂ ਦੇ ਲੈਕਚਰ ਪ੍ਰਸਾਰਤ ਕੀਤੇ ਜਾਂਦੇ ਨੇ ਉਸ ਨੂੰ ਵੀ ਪ੍ਰਸਾਰਤ ਕੀਤਾ ਜਾਣਾ ਇਸ ਲਈ ਅਸੀਂ ਉਚੇਚੇ ਤੌਰ ਤੇ ਧੰਨਵਾਦ ਕਰਦੇ ਹਾਂ ਸਿੱਖ ਚੈਨਲ ਯੂਕੇ ਵਾਲੇ ਵੀਰਾਂ ਦਾ ਜਿਨ੍ਹਾਂ ਦਾ ਨਿੱਕਾ ਸਹਿਯੋਗ ਔਰ ਜਿਨ੍ਹਾਂ ਦੇ ਸਹਿਯੋਗ ਦੇ ਸਦਕਾ ਡਾਕਟਰ ਸੁਖਪ੍ਰੀਤ ਸਿੰਘ ਜੀ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਸੁਣਨ ਦਾ ਜਿਹੜਾ ਉਹ ਮੌਕਾ ਪ੍ਰਾਪਤ ਹੋ ਰਿਹਾ ਸੋ ਅਸੀਂ ਬਹੁਤ ਬਹੁਤ ਧੰਨਵਾਦ ਕਰੀ ਆਂ ਡਾਕਟਰ ਸੁਖਪ੍ਰੀਤ ਸਿੰਘ ਜੀ ਦੇ ਸਿੱਖ ਚੈਨਲ ਯੂਕੇ ਦੇ ਔਰ ਇਹਨਾਂ ਦੀ ਸਮੁੱਚੀ ਟੀਮ ਦੇ